ਪ੍ਰੋਗਰਾਮ ਸੁਰਸਰਨਾਮੇ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸੁਰਸਰਨਾਮੇ ਲੈ ਕੇ ਹਾਜ਼ਰ ਹਾਂ ਜੀ। ਮੈਂ ਹਰਮੇਲਪ੍ਰੀਤ ਤੇ ਉਮੀਦ ਕਰਦਾ ਤੁਸੀਂ ਸਾਰੇ ਖੈਰਤ ਨਾਲ ਹੋਵੋਗੇ। ਔਰ ਸ਼ੁਰੂ ਕਰਦੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਦਾ ਸਿਲਸਿਲਾ। ਸੋ ਹਰ ਵੀਰਵਾਰ ਤੇ ਮੰਗਲਵਾਰ ਵਾਲੇ ਦਿਨ ਆਪਾਂ ਇਸ ਪ੍ਰੋਗਰਾਮ ਚ ਮਿਲਦੇ ਹਾਂ ਜੀ। ਔਰ ਸਾਡੇ ਨਾਲ ਇੱਕ ਮਹਿਮਾਨ ਹੁੰਦੇ ਨੇ ਪੰਜਾਬੀ ਗਾਇਕੀ ਦੇ ਖੇਤਰ ਦੇ ਵਿੱਚ ਕੋਈ ਸਿਤਾਰਾ। ਸੋ ਨਵੇਂ ਗਾਇਕ ਵੀ ਆਉਂਦੇ ਨੇ, ਪੁਰਾਣੇ ਗਾਇਕ ਵੀ ਆਉਂਦੇ ਨੇ, ਔਰ ਇਸ ਪ੍ਰੋਗਰਾਮ ਦੇ ਤਹਿਤ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਚ, ਉਹਨਾਂ ਦੇ ਫਨ ਦੇ ਬਾਰੇ ਚ, ਔਰ ਪੰਜਾਬੀ ਗਾਇਕੀ ਦੇ ਬਾਰੇ ਚ। ਸੋ ਅੱਜ ਜਿਸ ਫਨਕਾਰ ਨੂੰ ਦਾਵਤ ਦਿੱਤੀ ਹੈ ਜੀ, ਉਹਨਾਂ ਦਾ ਸਿਰਨਾਮਾ ਹੈ ਜੱਗੀ ਖਾਨ ਜੀ। ਦੋਸਤੋ, ਸੋ ਇਹ ਸੀ ਸਾਡੇ ਅੱਜ ਦੇ ਗਾਇਕ ਦੀ ਆਵਾਜ਼ ਦੀ ਇੱਕ ਝਲਕ, ਜਿਨ੍ਹਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਜੱਗੀ ਖਾਨ, ਜੱਗੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਜੱਗੀ ਖਾਨ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਖੂਬਸੂਰਤ ਆਵਾਜ਼ ਹੈ ਤੁਹਾਡੀ, ਮਾਸ਼ਾਅੱਲਾ, ਬੜਾ ਅੱਛਾ ਤੁਹਾਡਾ ਗੀਤ ਮੈਂ ਸੁਣਿਆ, ਕਈ ਵਾਰੀ ਸੁਣਿਆ, ਔਰ ਅੱਜ ਦੋਸਤ ਵੀ ਸੁਣਨਗੇ ਤਾਂ ਇਸ ਦੀ ਤਾਇਦ ਕਰਨਗੇ। ਸੋ ਦੋਸਤਾਂ ਨੂੰ ਦੱਸ ਦਈਏ ਕਿ ਦੋਸਤੋ ਤੁਸੀਂ ਸਾਡੇ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਲਈ ਡਾਇਲ ਕਰਨਾ ਜੀ 92160106 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਫੇਸਬੁੱਕ ਤੇ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ, ਇਹਨਾਂ ਦੇ ਲਈ ਕੋਈ ਸਵਾਲ ਹੋਵੇ, ਕੋਈ ਇਹਨਾਂ ਦੀ ਤਾਰੀਫ ਦੇ ਵਿੱਚ ਦੋ ਸ਼ਬਦ ਕਹਿਣੇ ਹੋਣ ਤਾਂ ਤੁਸੀਂ ਫੇਸਬੁੱਕ ਤੇ ਮੈਸੇਜ ਵੀ ਕਰ ਸਕਦੇ ਹੋ ਰੇਡੀਓ ਪੰਜਾਬ ਟੂਡੇ ਦੇ ਪੇਜ ਤੇ। ਸੋ ਜੱਗੀ ਖਾਨ ਜੀ, ਥੋੜਾ ਜਿਹਾ ਤੁਹਾਡੇ ਗਾਇਕੀ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਦੇ ਥੋੜਾ ਜਿਹਾ ਕਿ ਤੁਹਾਡਾ ਜਨਮ ਕਿੱਥੇ ਹੋਇਆ ਤੇ ਹੁਣ ਤੱਕ ਦੀ ਜਿਹੜੀ ਤੁਹਾਡੀ ਪਰਿਵਾਰਕ ਜ਼ਿੰਦਗੀ ਹੈ ਕਿਹੜੇ ਮਰਹਲਿਆਂ ਚੋਂ ਗੁਜ਼ਰੀ ਹੈ? ਰੇਡੀਓ ਪੰਜਾਬ ਟੂਡੇ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਆਪਣੇ ਇਸ ਅੱਛੇ ਪ੍ਰੋਗਰਾਮ ਦੇ ਵਿੱਚ, ਜਿਹੜਾ ਬਹੁਤ ਹੀ ਅੱਛਾ ਦਰਸ਼ਕਾਂ ਤੱਕ ਜੋ ਪੰਜਾਬੀ ਸੁਨੇਹੇ ਦੇ ਲੈ ਕੇ ਜਾ ਰਿਹਾ, ਉਹਦੇ ਲਈ ਮੈਂ ਤਹਿ ਦਿਲ ਤੋਂ ਥੈਂਕਸ ਕਰਦਾ ਜੀ। ਔਰ ਸਾਡਾ ਬਹੁਤ ਵੱਡਾ ਧੰਨਵਾਦੀ ਹਾਂ ਹਰਮੇਲ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਆਪਣੇ ਕੀਮਤੀ ਟਾਈਮ ਦੇ ਵਿੱਚ ਸਾਨੂੰ ਥੋੜਾ ਜਿਹਾ ਟਾਈਮ ਸਾਡੇ ਲਈ ਵੀ ਕੱਢਿਆ। ਹਾਂਜੀ ਹਾਂਜੀ, ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਸੁਰ ਸੁਰਨਾਮੇ ਪ੍ਰੋਗਰਾਮ ਰੱਬ ਤਰੱਕੀਆਂ ਤੇ ਹੋਰ ਲੈ ਕੇ ਜਾਵੇ, ਤੇ ਪਹਿਲਾਂ ਵੀ ਕਈ ਵਾਰ ਪ੍ਰੋਗਰਾਮ ਆਪਣੇ ਸੁਣੇ ਆ, ਬਹੁਤ ਅੱਛਾ ਲੱਗਦਾ ਜਦੋਂ ਆਰਟਿਸਟ ਇੱਥੇ ਤੁਹਾਡੇ ਸਟੂਡੀਓ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ ਆ। ਅੱਜ ਵੀ ਮੇਰੇ ਨਾਲ ਮੈਨੂੰ ਸੁਭ ਹੋਇਆ ਤੁਹਾਡੇ ਨਾਲ ਗੱਲ ਕਰਨ ਦਾ, ਤਾਂ ਬਹੁਤ ਅੱਛਾ ਲੱਗ ਰਿਹਾ। ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। ਮੈਂ ਆਪਣੇ ਜੀਵਨ ਦੀ ਗੱਲਬਾਤ ਤੁਹਾਨੂੰ ਮੈਂ ਗਾਇਕੀ ਖੇਤਰ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਆਪਣਾ। ਮੇਰੀ 10 ਸਾਲ ਦੀ ਏਜ ਸੀ ਸਰ ਜਦੋਂ ਮੈਂ ਸਕੂਲ ਦੇ ਵਿੱਚ ਗਾਣਾ ਸ਼ੁਰੂ ਕੀਤਾ ਸੀ। ਹਾਂਜੀ, ਸਕੂਲ ਦੇ ਵਿੱਚ ਸਾਡੇ ਪ੍ਰਿੰਸੀਪਲ ਸ਼੍ਰੀ ਵਿਜੇ ਸਿੰਘ ਚੌਹਾਨ ਜੀ, ਜਦੋਂ ਫਸਟ ਟਾਈਮ ਉਹਨਾਂ ਨੇ ਮੈਨੂੰ ਆਪਣਾ ਬਾਲ ਸਭਾ ਦੇ ਵਿੱਚ ਖੜਾ ਕੀਤਾ, ਕਹਿੰਦੇ ਗਾਣਾ ਸੁਣਾਓ ਜੀ, ਮਨ ਲੱਗਦਾ ਤੁਹਾਡੇ ਨਾਮ ਦੇ ਵਿੱਚ ਤਾਂ ਤੁਹਾਡੇ ਚ ਕਲਾ ਹੋਣੀ ਹੈ। ਹਾਂਜੀ, ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਨਾ, ਉਹ ਕਹਿੰਦੇ ਨੇ ਕਿ ਹੁਣ ਹਰ ਬਿਰਵਾਨ ਕੇ ਚਿਕਨੇ ਚਿਕਨੇ ਪਾਤ। ਵਾਕਿਆ ਜੀ, 10 ਸਾਲ ਦੀ ਉਮਰ ਤੁਸੀਂ ਦੱਸਿਆ ਕਿ ਤੁਸੀਂ ਗਾਉਣਾ ਸ਼ੁਰੂ ਕਰਤਾ, ਤੇ ਅੱਛਾ ਜੱਗ ਜੀ, ਇਸ ਤੋਂ ਪਹਿਲਾਂ ਕਿ ਤੁਸੀਂ ਅੱਗੇ ਦੱਸੋ, ਪਰਿਵਾਰ ਦੇ ਵਿੱਚ ਤੁਹਾਡੇ ਕੋਈ ਰੁਝਾਨ ਸੀ ਗਾਇਕੀ ਦਾ, ਹਾਲਾਂਕਿ ਤੁਸੀਂ ਉਸ ਭਾਈਚਾਰੇ ਨਾਲ ਸੰਬੰਧਿਤ ਹੋ ਜਿੱਥੇ ਮੰਨਿਆ ਜਾਂਦਾ ਕਿ ਬੱਚੇ ਰੋਂਦੇ ਵੀ ਸੁਰਚ ਨੇ? ਨਹੀਂ ਸਰ, ਸਾਡੇ ਪਰਿਵਾਰ ਦੇ ਵਿੱਚ ਐਸਾ ਕੋਈ ਜੋ ਪਹਿਲਾਂ ਸੰਗੀਤ ਖੇਤਰ ਦੇ ਵਿੱਚ ਹੋਵੇ ਜੀ, ਬਸ ਪਤਾ ਨੀ ਉਹ ਮਾਲਕ ਦੀ ਇੱਕ ਦੇਣ ਹੁੰਦੀ ਹੈ ਨਾ, ਤੇ ਉਹੀ ਚਾਹੁੰਦੇ ਹੁੰਦੇ ਜਿੱਦਾਂ ਵੀ ਕਿ ਹਾਂਜੀ ਆਪਣਾ ਕੋਈ ਗੁਣ ਕਿਸੇ ਨੂੰ ਦੇਣਾ, ਕਿਸੇ ਨੂੰ ਕੋਈ ਕਲਾ ਦੇਣੀ, ਲੇਕਿਨ ਸ਼ੌਕ ਬਚਪਨ ਤੋਂ ਹੀ ਮੈਂ ਤੁਹਾਨੂੰ ਦੱਸਿਆ 6 ਸਾਲ ਦੀ ਉਮਰ, 8 ਸਾਲ ਦੀ ਉਮਰ ਸੁਣਨ ਦਾ ਸ਼ੌਕ ਬਹੁਤ ਜ਼ਿਆਦਾ, ਤੇ ਲੇਕਿਨ ਪਹਿਲਾਂ ਕੋਈ ਨੀ ਸੀ ਪਰਿਵਾਰ, ਫੈਮਿਲੀ ਮੈਂਬਰ ਚ ਆਪਣੇ ਕੋਈ ਨੀ ਸੀ ਜੋ ਸੰਗੀਤ ਲੈਣ ਦੇ ਵਿੱਚ, ਮੈਨੇ ਹੀ ਸ਼ੁਰੂਆਤ ਕੀਤੀ ਹੈ। ਚਲੋ ਆਪਾਂ ਅੱਗੇ ਚੱਲਾਂਗੇ ਜੀ, ਕਾਲਰ ਸਾਡੇ ਨਾਲ ਲਾਈਨ ਤੇ ਨੇ, ਉਹਨਾਂ ਦੀ ਗੱਲ ਸੁਣ ਲਈਏ ਪਹਿਲਾਂ ਜੀ। ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ। ਹਾਂਜੀ, ਸਤਿ ਸ੍ਰੀ ਅਕਾਲ ਜੀ, ਲਕਸ਼ਮਣ ਦਾਸ ਬੋਲਦਾ ਬਲੈਰ ਵਿੱਚੋਂ। ਲਕਸ਼ਮਣ ਦਾਸ ਜੀ, ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਵੀ। ਵੀਰ ਜੀ, ਆਪ ਜੀ ਨੂੰ ਇਸ ਵੇਲੇ ਦੁਨੀਆ ਭਰ ਦੇ ਵਿੱਚ ਸੁਣਿਆ ਜਾ ਰਿਹਾ, ਤੇ ਅਸੀਂ ਆਸ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਵਿੱਚ ਹੋਰ ਵੀ ਨਿਖਾਰ ਆਵੇ, ਸਾਡੀਆਂ ਆਪ ਜੀ ਦੇ ਨਾਲ ਸ਼ੁਭ ਇਛਾਵਾਂ ਨੇ, ਤੇ ਆਪਾਂ ਅੱਜ ਸਾਰਾ ਫਟਾ ਚੱਕ ਦੇਣਾ ਤੇ ਸਾਰੇ ਜੱਗ ਨੂੰ ਕਰ ਦੇਣਾ ਖੁਸ਼, ਪਤਾ ਲੱਗ ਜਾਵੇ ਜੱਗੀ ਜੱਗੀ ਕੌਣ ਆ ਤੇ ਕਿੱਥੇ ਆ। ਤੇ ਇਹਦੇ ਨਾਲ ਨਾਲ ਜਿਹੜੀ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਇਹ ਆ, ਹਰਮੇਲਪ੍ਰੀਤ ਜੀ ਤੁਹਾਨੂੰ ਇਸ ਗੱਲ ਦੀਆਂ ਵਧਾਈਆਂ, ਵੀ ਮੈਂ ਜਿਹੜਾ ਤੁਹਾਡਾ ਸੁਰਸਰਨਾਮੇ ਆ ਇੱਕ ਦਿਨ ਕੱਲ ਬਸੋ ਜਹੇ ਪਹਿਲੀ ਵਾਰੀ ਹਲਕਾ ਜਿਹਾ ਸੁਣਿਆ ਸੀ ਤੇ ਅੱਜ ਰੂਹ ਨਾਲ ਸੁਣਨਾ, ਤੇ ਮੇਰਾ ਭਰਾ ਆਹ ਜਿਹੜਾ ਟਾਈਮ ਆ ਨਾ ਇਹਨੂੰ ਨਾ ਹੁਣ ਤੋਂ ਗੁਆਈ ਮੇਰਾ ਵੀਰਾ। ਨਹੀਂ ਜੀ, ਇਹ ਤਾਂ ਆਪਾਂ ਪੱਕੇ ਗੱਲ ਕਰਨੀ ਹੈ। ਜਦੋਂ ਤੁਸੀਂ ਉਹ ਪਹਿਲਾ ਪ੍ਰੋਗਰਾਮ ਕਰਦੇ ਆ ਉਦੋਂ ਤਾਂ ਭਰਾਵਾ ਇੱਥੇ ਇੰਗਲੈਂਡ ਦੇ ਸਾਰੇ ਸੁੱਤੇ ਹੁੰਦੇ ਆ, ਉਸ ਵੇਲੇ ਨੀ ਕੋਠਾ ਉੱਠਿਆ ਹੁੰਦਾ। ਹਾਂਜੀ, ਉਹ ਚਲੋ ਜੀ, ਭਾਵੇਂ ਗੱਡੀਆਂ ਗੁੱਡੀਆਂ ਵਾਲੇ ਹੁੰਦੇ ਆ, ਉਹ ਤਾਂ ਬੇਸਿਕਲੀ ਆਹ ਟਾਈਮ ਨਹੀਂ ਖਰਾਬ ਕਰਨਾ ਜੱਗੀ ਮੇਰੇ ਵੀਰ, ਅਸੀਂ ਸੁਣ ਰਹੇ ਤੈਨੂੰ, ਬਚੇ ਹੋਏ ਨੇ ਉਹ ਵੀ ਆਪਾਂ ਕਬਜ਼ੇ ਚ ਕਰ ਲੈਣੇ ਨੇ, ਤੇ ਜੱਗੀ ਵਰਗੇ ਫਨਕਾਰ ਆਪਾਂ ਲੱਭ ਲੱਭ ਕੇ ਲਿਆਉਣੇ ਨੇ ਤੇ ਸੁਣਾਉਣੇ ਨੇ। ਸੋ ਜੱਗੀ ਜੀ, ਇਹ ਲਕਸ਼ਮਣ ਦਾਸ ਜੀ ਸਨ ਜੀ, ਇੰਗਲੈਂਡ ਤੋਂ ਇਹਨਾਂ ਨੇ ਕਾਲ ਕੀਤੀ ਸੀ। ਅੱਛਾ ਜੱਗੀ ਜੀ, ਫਿਰ ਸਕੂਲ ਚ ਤੁਸੀਂ ਗਾਉਣਾ ਸ਼ੁਰੂ ਕੀਤਾ, ਕਿਵੇਂ ਮਤਲਬ ਵਿਚਾਰ ਗਾਉਣ ਦੇ ਆਏ, ਤਾਂ ਉਹਨਾਂ ਦਿਨਾਂ ਚ ਕੀ ਗਾਉਂਦੇ ਸੀ ਤੁਸੀਂ, ਕਿਹੜੇ ਫਨਕਾਰ ਤੁਹਾਡੇ ਪਸੰਦੀਦਾ ਫਨਕਾਰ ਹੁੰਦੇ ਸੀ? ਸਰ ਵੈਸੇ ਮੈਨੂੰ ਸੂਫੀ ਗਾਇਕ
ਆਪਣਾ ਜਿਹੜੇ ਕਲਾਸੀਕਲ ਗਾਇਕ ਜਿਹੜੇ ਮਤਲਬ ਸੀਡੀ ਚ ਰੁਝੇ ਹੋਏ ਗਾਇਕ ਹੈ ਰੁਝੇ ਹੋਏ ਹੈ ਉਹ ਮੈਨੂੰ ਬੜੇ ਅੱਛੇ ਲੱਗਦੇ ਆ। ਸਭ ਤੋਂ ਪਹਿਲਾਂ ਜਿਵੇਂ ਨਾਮ ਲਵਾਂ ਫਿਰੋਜ਼ ਖਾਨ ਸਾਹਿਬ, ਹਾਂਜੀ ਹਾਂਜੀ ਫਿਰੋਜ਼ ਖਾਨ ਸਾਹਿਬ, ਮੈਂ ਉਹਨਾਂ ਨੂੰ ਬੜਾ ਉਹਨਾਂ ਦੀ ਗਾਇਕੀ ਨੂੰ ਮੈਂ ਸੁਣਦਾ, ਗਾਇਕੀ ਨੂੰ ਉਹਨਾਂ ਨੂੰ ਦੇਖਦਾ, ਉਹਨਾਂ ਦੇ ਝਲਕ ਦੇਖਦਾ, ਉਹਨਾਂ ਦੇ ਦੇਖਦਾ, ਜਦੋਂ ਮੈਨੂੰ ਮਤਲਬ ਅਨੁਭਵ ਏਦਾਂ ਹੁੰਦਾ ਵੀ ਵਾਕਈ ਕਿਆ ਬਾਤ ਉਹਨਾਂ ਦੇ ਵਿੱਚ ਟੈਲੈਂਟ। ਤੇ ਇੱਕ ਮੇਰੇ ਵੀਰ ਨੇ, ਮੇਰੇ ਵੱਡੇ ਵੀਰ ਕੁਲਦੀਪ ਰਸੀਲਾ ਜੀ, ਜੀ ਜੀ ਹਾਂਜੀ ਕੁਲਦੀਪ ਰਸੀਲਾ ਜੀ, ਉਹ ਜਿਹੜੇ ਗਾਇਕੀ ਲਾਈਨ ਚ ਲੈ ਕੇ ਆਉਣ ਵਾਲੇ ਮੈਨੂੰ ਉਹ ਨੇ, ਕਿਉਂਕਿ ਉਹਨਾਂ ਦੀ ਇੱਕ ਐਲਬਮ ਆਈ ਸੀ ਜਦੋਂ ਮੈਂ 7-8 ਸਾਲ ਦਾ ਸੀ, ਉਦੋਂ ਐਲਬਮ ਆਈ ਸੀ ਉਹਨਾਂ ਦੀ ਵਾਹਿਗੁਰੂ ਵਾਹਿਗੁਰੂ ਬੋਲ ਮਨਾ, ਇੱਕ ਏਦਾਂ ਸ਼ਬਦ ਸੀ ਉਹ ਐਲਬਮ ਦੀ, ਧਾਰਮਿਕ ਐਲਬਮ ਆਈ ਸੀ। ਹਾਂਜੀ ਉਹਦੇ ਵਿੱਚ ਇੱਕ ਸ਼ਬਦ ਸੀ ਬਹੁਤ ਅੱਛਾ, ਵਾਹਿਗੁਰੂ ਵਾਹਿਗੁਰੂ ਬੋਲ ਮਨਾ ਚੱਲ ਗੁਰੂ ਦੇ ਦੁਆਰੇ, ਉਹ ਜਦੋਂ ਮੈਂ ਸੁਣਿਆ ਮੇਰੇ ਕੰਨਾਂ ਚ ਪਿਆ। ਇੱਕ ਤੋਂ ਡੈਕ ਸਲੈਕਟਰ ਦੇ ਉਸ ਟਾਈਮ ਕੈਸਟ ਸੀ, ਡੈਕ ਵਾਲੀ ਆਪਣੇ ਕੋਲ ਗੱਡੀ ਚ ਲਾ ਕੇ ਸੁਣਿਆ ਕਰਦੇ ਸਰ, ਗੱਡੀ ਚ ਉਹ ਡੈਕ ਲਾਉਣਾ, ਤੇ ਫਿਰ ਮੈਂ ਉਹਨੂੰ ਸੁਣਦਾ ਸੁਣ ਸੁਣ ਕੇ ਕਾਪੀ ਤੇ ਉਹਨੂੰ ਲਿਖਿਆ, ਫਿਰ ਉਹਨੂੰ ਗਾਣਾ ਸ਼ੁਰੂ ਕੀਤਾ। ਸਕੂਲ ਦੇ ਵਿੱਚ ਜਦੋਂ ਮੈਨੂੰ ਖੜਾ ਕੀਤਾ, ਸਭ ਤੋਂ ਪਹਿਲਾਂ ਮੈਂ ਉਹਨੂੰ ਗਾਇਆ ਸੀ, ਉਸ ਸ਼ਬਦ ਨੂੰ ਗਾਇਆ ਸੀ। ਕਿਆ ਬਾਤ ਹੈ ਕੁਲਦੀਪ, ਆਪ ਉਹਨੇ ਬੜੀ ਮਿਹਨਤ ਕੀਤੀ ਜੀ, ਬੜਾ ਛੋਟਾ ਜਿਹਾ ਬੱਚਾ ਸੀਗਾ ਜਿਸ ਵੇਲੇ ਉਹਨੇ ਗਾਉਣਾ ਸ਼ੁਰੂ ਕੀਤਾ ਨਾ, 13-14 ਸਾਲ ਦੀ ਉਮਰ ਦੇ ਵਿੱਚ ਜਦੋਂ ਧਰਮਪ੍ਰੀਤ ਦੇ ਨਾਲ ਕੁਛ ਉਹਨਾਂ ਨੇ ਡਿਊਟ ਵੀ ਕੀਤੀਆਂ, ਔਰ ਫਿਰ ਆਪਣੇ ਅੱਜ ਕੱਲ ਮਾਸ਼ਾਅੱਲਾ ਜਵਾਨ ਹੋ ਗਿਆ ਹੁਣ ਤੇ। ਹਾਂਜੀ ਹਾਂਜੀ, ਉਹ ਤੁਸੀਂ ਵੀ ਕੁਛ ਕਰ ਸਕਦੇ ਹੋ। ਹਾਂਜੀ ਹਾਂਜੀ, ਤੇ ਉਹ ਇੱਕ ਸਾਡੇ ਇੱਥੇ ਸਤਸੰਗ ਲੱਗਦੀ ਹੁੰਦੀ ਹੈ, ਯਿਸੂ ਮਸੀਹ ਦੇ ਸਤਸੰਗ ਬਹੁਤ ਕਰਦੇ ਇੱਧਰ ਸਾਡੇ ਏਰੀਏ ਦੇ ਵਿੱਚ, ਤੇ ਉਹਦੇ ਵਿੱਚ ਆਪਣੇ ਵੀ ਮੇਰੇ ਚਾਚਾ ਜੀ ਸੇਵਾ ਕਰਦੇ, ਉਹ ਉਹਨਾਂ ਸਤਸੰਗ ਲੱਗਣੀ ਤਾਂ ਮੈਂ ਕਿਹਾ ਉਸ ਸ਼ਬਦ ਨੂੰ ਚਲੋ ਗਾਉਣਾ ਤੁਹਾਡੇ ਇੱਕ ਰੱਬੀ ਰਹਿਮਤ ਵੀ ਕਹਿ ਸਕਦੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਰਿਵਾਰ ਚ ਤਾਂ ਕੋਈ ਨਹੀਂ ਸੀ ਲੇਕਿਨ ਤੁਹਾਨੂੰ ਇਸ ਪਾਸੇ ਰੁਚੀਆਂ ਰਹੀਆਂ ਬਚਪਨ ਤੋਂ ਹੀ ਰਹੀਆਂ, ਔਰ ਸਕੂਲ ਚ ਤੁਸੀਂ ਗਾਉਣਾ ਸ਼ੁਰੂ ਕਰਤਾ, ਫਿਰ ਬਾਕਾਇਦਾ ਸਿੱਖਿਆ ਗਾਇਕੀ ਨੂੰ ਕਿੱਥੋਂ ਸਿੱਖਿਆ? ਅਸੀਂ ਜੀ 3-4 ਸਾਲ ਮੈਂ ਪਹਿਲਾਂ ਕੁਲਦੀਪ ਰਸੀਲਾ ਭਾਜੀ ਨਾਲ ਕੋਲ ਰਿਹਾ, ਮੈਂ ਇਹਨਾਂ ਕੋਲੇ ਬਠਿੰਡੇ ਕਾਫੀ ਟਾਈਮ ਰਹੇ ਹਾਂ, ਮਿਹਨਤ ਕਰਦੇ ਰਹੇ ਹਾਂ ਉੱਥੇ। ਹਾਂਜੀ ਤੇ ਹਾਂਜੀ, ਅੱਜ ਤੋਂ 2-3 ਸਾਲ ਪਹਿਲਾਂ ਦੀ ਗੱਲ ਆ, ਉੱਥੇ ਅਸੀਂ ਕਾਫੀ ਟਾਈਮ ਅਸੀਂ ਇਕੱਠਿਆਂ ਨੇ ਲਾਇਆ, ਬਹੁਤ ਮੈਨੂੰ ਸਿੱਖਣ ਨੂੰ ਮਿਲਿਆ ਇਹਨਾਂ ਤੋਂ। ਲੇਕਿਨ ਜਦੋਂ ਕਹਿੰਦੇ ਹੁੰਦੇ ਵੀ ਜਿਹੜੀ ਤਾਲੀਮ ਹੁੰਦੀ ਆ ਅੱਛੀ ਤਰ੍ਹਾਂ ਲੈਣੀ ਕਿਸੇ ਚੀਜ਼ ਦੀ, ਹਨਾ ਜੀ, ਤੇ ਆਪਣਾ ਗੁਰੂ ਮੰਨਣਾ, ਗੁਰੂ ਧਾਰਨਾ। ਕੁਲਦੀਪ ਰਸੀਲਾ ਭਾਜੀ ਮੇਰੇ ਵੱਡੇ ਬ੍ਰਦਰ ਹੈ, ਲੇਕਿਨ ਮੈਨੂੰ ਗੁਰੂ ਸਮਾਨ ਹੈ। ਤੇ ਜਿਹੜੇ ਮੇਰੇ ਗੁਰੂ ਹੈ ਸ੍ਰੀ ਦੀਦੀ ਸਿੰਘ ਜੀ, ਕਰਕੇ ਦੇ ਵਿੱਚ ਨੇ ਜੀ, ਉਹ ਸਾਡੇ ਸ਼ਹਿਰ ਦੇ ਵਿੱਚ ਨੇ, ਤੇ ਉਹ ਕਲਾਸੀਕਲ ਨੇ ਸਰ, ਕਲਾਸੀਕਲ ਮਿਊਜ਼ਿਕ ਉਹਨਾਂ ਨੇ ਕੀਤਾ ਹੋਇਆ ਤੇ ਕਲਾਸੀਕਲ ਹੀ ਕਰਾਉਂਦੇ ਆ। ਬਹੁਤ ਹੀ ਅੱਛੇ ਆਵਾਜ਼ ਦੇ ਮਾਲਿਕ, ਬਹੁਤ ਅੱਛੇ ਮਤਲਬ ਸੁਰ ਦੇ ਮਾਲਿਕ ਨੇ ਉਹ, ਉਹਨਾਂ ਕੋਲ ਮੈਂ ਤਾਲੀਮ ਲੈਣੀ ਸ਼ੁਰੂ ਕੀਤੀ, ਅੱਜ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਬੈਠੇ ਗਏ ਜਦੋਂ ਵੀ ਟਾਈਮ ਹੁੰਦਾ ਜੀ। ਤੇ ਜੱਗੀ ਜੀ, ਤੁਸੀਂ ਜ਼ਿਕਰ ਕੀਤਾ ਕਿ ਘਰ ਚ ਕੋਈ ਮਾਹੌਲ ਨਹੀਂ ਸੀ ਇਸ ਤਰ੍ਹਾਂ ਦਾ, ਤੁਸੀਂ ਫਿਰ ਇਸ ਲਾਈਨ ਨੂੰ ਚੁਣ ਲਿਆ, ਤਾਂ ਜੇ ਘਰ ਚ ਪਹਿਲਾਂ ਨਾ ਹੋਵੇ ਰੁਝਾਨ ਤੇ ਫਿਰ ਕਈ ਵਾਰੀ ਘਰ ਦੇ ਵਿਰੋਧ ਵੀ ਕਰਦੇ ਨੇ, ਘਰਦਿਆਂ ਨੇ ਵਿਰੋਧ ਕੀਤਾ ਕਿ ਐਪਰੀਸ਼ੀਏਟ ਕੀਤਾ, ਕੀ ਕੀਤਾ ਸ਼ੁਰੂ ਸ਼ੁਰੂ ਦੇ ਵਿੱਚ? ਵਿਰੋਧ ਹੀ ਕੀਤਾ ਸਰ, ਤੁਹਾਨੂੰ ਪਤਾ ਹੀ ਹੈ ਜਦੋਂ ਪਹਿਲਾਂ ਨਾ ਹੋਵੇ ਕੋਈ ਉਦੋਂ ਬਹੁਤ ਸੌਖਾ ਜਿਹਾ ਰਸਤਾ ਨਹੀਂ ਮਿਲ ਜਾਂਦਾ ਹੁੰਦਾ, ਤੇ ਨਾ ਹੀ ਕੋਈ ਨਾਲ ਆਪਣੇ ਖੜਦਾ, ਹੈ ਨਾ ਜੀ। ਤੇ ਉਹ ਉਹੀ ਗੱਲ ਹੋ ਗਈ ਜਿਹੜੀ ਤੁਸੀਂ ਕਹਿ ਰਹੇ ਹੋ, ਮੇਰੇ ਨਾਲ ਵਿਰੋਧ ਹੀ ਹੋਇਆ, ਅੱਜ ਵੀ ਮੈਨੂੰ ਸਾਥ ਨਹੀਂ ਹੈ ਫੈਮਿਲੀ ਵੱਲੋਂ ਦਾ, ਮੈਂ ਕਹਿੰਦਾ ਰਿਸਪੈਕਟੇਬਲ ਨੀ ਹੈ ਅੱਜ ਤੇ ਮੇਰੇ ਖਿਆਲ ਚ ਬਹੁਤੇ ਮਾਂ ਬਾਪ ਬੱਚੇ ਨੂੰ ਕਹਿੰਦੇ ਹੋਰ ਕੁਛ ਨਹੀਂ ਹੁੰਦਾ ਤਾਂ ਗਾਇਕੀ ਬਣ ਜਾ। ਇਹ ਤਾਂ ਹੈ ਸਰ, ਪਰ ਥੋੜਾ ਜਿਹਾ ਸਰ ਮੈਂ ਵੈਸੇ ਜ਼ਿਕਰ ਨਹੀਂ ਕਰਨਾ ਚਾਹੁੰਦਾ, ਲੇਕਿਨ ਮੈਂ ਜ਼ਿਕਰ ਕਰਦਾ ਇਸ ਗੱਲ ਦਾ। ਅੱਜ ਕੱਲ ਦੇ ਰਹੇ ਹੈ, ਮਾਂ ਪਿਓ ਕਹਿ ਰਹੇ ਵੀ ਕਰੋ, ਲੇਕਿਨ ਅੱਜ ਕੱਲ ਉਹ ਗੱਲ ਮੈਂ ਗੱਲਾਂ ਨੀ ਰਹਿ ਗਈਆਂ ਸਰ, ਜਦੋਂ ਕਲਾ ਦੀ ਕਦਰ ਹੋਇਆ ਕਰਦੀ, ਹਨਾ, ਉਹ ਗੱਲਾਂ ਨਹੀਂ ਰਹਿ ਗਈਆਂ ਵੀ ਇੱਕ ਸਿੰਗਰ ਹੈ ਉਹਦਾ ਅੱਛਾ ਉਹ ਹੋ ਰਿਹਾ, ਬੰਦੇ ਨੂੰ ਵਧੀਆ ਪਿਆਰ ਦੋ ਲੋਕ ਦੇ ਰਹੇ ਨੇ। ਅੱਜ ਕੱਲ ਪੈਸਾ ਲਾਓ ਤੇ ਹਿੱਟ ਹੋ ਜਾਓ, ਬਿਲਕੁਲ ਹੋ ਚੁੱਕਿਆ, ਬਿਲਕੁਲ ਕਲਾ ਦੀ ਜਗ੍ਹਾ ਤੇ, ਮਤਲਬ ਟੈਲੈਂਟ ਦੀ ਜਗ੍ਹਾ ਤੇ ਪੈਸਾ ਆ ਗਿਆ ਜੀ, ਤੇ ਪੈਸਾ ਜ਼ਰੂਰੀ ਨਹੀਂ ਕਿ ਚੰਗੀਆਂ ਚੀਜ਼ਾਂ ਹੀ ਖਰੀਦਦਾ, ਉਹ ਤਾਂ ਫਿਰ ਮਹਿੰਗੀਆਂ ਚੀਜ਼ਾਂ ਚਮਕਦੀਆਂ ਚੀਜ਼ਾਂ ਸੋਨਾ ਹੋਣਾ ਵੀ ਜ਼ਰੂਰੀ ਨਹੀਂ ਹੁੰਦਾ, ਹੈ ਨਾ। ਸੋ ਜੱਗੀ ਜੀ, ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਤੁਹਾਡਾ। ਜੀ ਦੋਸਤੋ, ਤੁਸੀਂ ਜੱਗੀ ਖਾਨ ਦੀ ਆਵਾਜ਼ ਵਿੱਚ ਗੀਤ ਸੁਣ ਰਹੇ ਸੀਗੇ ਜੀ। ਸੋ ਜੱਗੀ ਜੀ, ਵਾਕਈ ਬਹੁਤ ਖੂਬਸੂਰਤ, ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਜਿਹੜਾ ਰੁਚੀ ਸੀ ਜ਼ਿਆਦਾ ਉਹ ਕਲਾਸੀਕਲ ਔਰ ਨੀਮ ਕਲਾਸੀਕਲ ਸੰਗੀਤ ਦੇ ਵੱਲ ਸੀਗੀ, ਤਾਂ ਉਹ ਝਲਕ ਵੀ ਮਿਲਦੀ ਹੈ ਤੁਹਾਡੀ ਗਾਇਕੀ ਦੇ ਵਿੱਚ, ਤੁਹਾਡੇ ਗਲੇ ਦੇ ਵਿੱਚੋਂ। ਹਾਂਜੀ ਹਾਂਜੀ, ਸਾਡੇ ਕਾਲਰ ਸਰ ਕੋਸ਼ਿਸ਼
चलो जी खैर कोशिश बंदा करदा रहे तो जरूर अगे अगे वधदा। एक कॉलर ने जग्गी जी साडे नाल जी स्वागत है तुहाडा जी आया नूं। जी सत श्री अकाल जग्गी साहब, सत श्री अकाल सुरजीत सिंह बोलना जी। हां जी सुरजीत सिंह जी बहरीन तो जी स्वागत है जी। बहुत वधिया जी प्रोग्राम इन्हां नूं भी साडियां भी शुभकामनाएं जी, अगे होर भी कामयाब होण अपने साफ सुथरी गायकी लैके अगे पेश होण, थोड़ा सबर भी करन मगर करन ਵਧੀਆ ਕਰਨ, ਚੰਗਾ ਸੋਹਣਾ ਸਾਫ ਸੁਥਰਾ ਜਿਹੜਾ ਕਿ ਲੋਕਾਂ ਦੇ ਵਿੱਚ ਕੁਛ ਮੈਸੇਜ ਦੇਣ ਏਦਾਂ ਦਾ ਕਰਨ, ਨਾ ਕਿ ਜਿਹੜੀ ਭੇਡ ਚੱਲਦੇ ਮਗਰ ਇਹਨਾਂ ਚੱਲ ਜਾਣ। ਵਧੀਆ ਗਾਇਕ ਹੈ, ਕਲਾਕਾਰ ਵਾ, ਚੰਗੀ ਸਿੱਖਿਓ ਆ, ਸਮਝੋ ਆ, ਉਹ ਇਸ ਚੀਜ਼ ਦਾ ਫਾਇਦਾ ਲੈਣ। ਤੁਹਾਡਾ ਬੜਾ ਧੰਨਵਾਦ, ਜਿਹੜੇ ਵਧੀਆ ਵਧੀਆ ਤਰੀਕੇ ਲੈ ਕੇ ਆਏ, ਧੰਨਵਾਦ। ਜੱਗ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ, ਤੁਸੀਂ ਦੱਸਿਆ ਕਿ ਤੁਸੀਂ ਬਕਾਇਦਾ ਸਿੱਖਿਆ ਔਰ ਸਿੱਖ ਰਹੇ ਹੋ, ਕਿਉਂਕਿ ਸੰਗੀਤ ਦੇ ਬਾਰੇ ਚ ਤਾਂ ਅਸੀਂ ਕਹਿ ਸਕਦੇ ਹਾਂ ਕੋਈ ਵੀ ਕਲਾ ਚ ਕਦੇ ਬੰਦਾ ਪੂਰਨ ਨਹੀਂ ਹੁੰਦਾ, ਤੇ ਸੰਗੀਤ ਦੇ ਵਿੱਚ ਤਾਂ ਖਾਸ ਤੌਰ ਤੇ ਨਹੀਂ ਇਹਦੀ ਥਾਂ ਪੈਂਦੀ ਹੈ ਨਾ, ਲੱਗਿਆ ਰਹੇ ਬੰਦਾ ਕਿੰਨਾ ਵੀ ਚਿਰ। ਸੋ ਖੈਰ ਕਾਲਰ ਹੋਰ ਨੇ ਜੀ, ਆਪਾਂ ਉਹਨਾਂ ਦੀ ਵੀ ਸੁਣ ਲਈਏ ਗੱਲਬਾਤ। ਜੀ ਸਵਾਗਤ ਹੈ ਤੁਹਾਡਾ ਵੀ ਜੀ ਆਇਆਂ ਨੂੰ। ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਪ੍ਰੋਗਰਾਮ ਦੇ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਮੇਰੇ ਵੱਲੋਂ ਜੀ, ਤੁਹਾਨੂੰ ਵਧਾਈਆਂ। ਥੋੜਾ ਜਿਹਾ ਆਪਣਾ ਨਾਮ? ਗੀਤਕਾਰ ਸੰਘਾ ਦਿੰਦਰਵਾਲ ਬੋਲ ਰਿਹਾ ਜੀ। ਹਾਂਜੀ ਸੰਘਾ ਜੀ, ਦੋਹਾਂ ਕਤਰ ਤੋਂ? ਵਾਹ ਜੀ, ਹਾਂਜੀ ਵਾਹ ਜੀ ਵਾਹ। ਹਾਂਜੀ ਮੈਂ ਜੱਗੀ ਸਾਹਿਬ ਨੂੰ ਇਹਦੇ ਲਈ ਮੁਬਾਰਕਾਂ ਦੇਣਾ ਚਾਹਾਂਗਾ ਜੀ। ਮੇਰੀ ਦਿਲੀ ਤਮੰਨਾ ਹੈ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਜੀ, ਹੋਰ ਵੀ ਅਸੀਂ ਵਧੀਆ ਵਧੀਆ ਸਾਲ ਲੈ ਕੇ ਹਾਜ਼ਰ ਹੋਈਏ। ਮੈਂ ਉਮੀਦ ਕਰਦਾ ਜਲਦੀ ਤੋਂ ਜਲਦੀ ਨਵਾਂ ਟ੍ਰੈਕ ਲੈ ਕੇ ਹਾਜ਼ਰ ਹੋਵਾਂਗੇ। ਜੋ ਵੀ ਮੈਨੂੰ ਚੰਗਾ ਲੱਗਦਾ ਜ਼ਰੂਰ ਮੇਰਾ ਗਾਣਾ ਸੁਣਾਉਣ। ਥੋੜੇ ਰਾਈਟਰ ਹਾਂਜੀ ਹਾਂਜੀ ਬਿਲਕੁਲ, ਮੈਂ ਮੈਨੂੰ ਪਤਾ ਜੀ ਰਾਈਟਰ ਨੇ, ਔਰ ਪਿਛਲੀ ਵਾਰੀ ਵੀ ਇਹਨਾਂ ਨਾਲ ਗੱਲ ਹੋਈ ਸੀ ਇੱਕ ਪ੍ਰੋਗਰਾਮ ਦੇ ਵਿੱਚ। ਰੋਜੀ ਰੋਟੀ ਲਈ ਗਾਇਕੀ ਨੂੰ ਚੁਣਿਆ ਪ੍ਰੋਫੈਸ਼ਨ ਦੇ ਤੌਰ ਤੇ ਜਾਂ ਕੋਈ ਹੋਰ ਕੰਮ ਕਰਦੇ ਹੋ? ਸਰ ਪ੍ਰੋਫੈਸ਼ਨ ਦੇ ਤੌਰ ਤੇ ਵੈਸੇ ਤਾਂ ਆਪਾਂ ਸਿੰਗਿੰਗ ਚ ਮਾਲਕ ਦਾ ਵਧੀਆ, ਚਲੋ ਬਹੁਤ ਅੱਛਾ ਹੋ ਰਿਹਾ ਕੰਮ ਕਾਰ, ਅੱਛਾ ਮਿਲ ਰਿਹਾ, ਐਸੀ ਗੱਲ ਨੀ। ਬਟ ਮੈਂ ਸਰ ਏਦਾਂ ਪ੍ਰੋਗਰਾਮ ਵਗੈਰਾ ਤੁਹਾਨੂੰ ਪਤਾ ਮਹੀਨੇ ਚੋਣਾਂ ਲਾ ਲਓ, ਪੰਜ ਸੱਤ ਹੋ ਗਏ, ਦਸ ਹੋ ਗਏ, ਤੇ ਬਾਕੀ ਟਾਈਮ ਫ੍ਰੀ ਹੁੰਦਾ, ਤੇ ਉਹ ਬਾਕੀ ਟਾਈਮ ਫ੍ਰੀ ਨੂੰ ਐਡਜਸਟ ਕਰਨ ਲਈ, ਆਪਦੀ ਤਿਆਰੀ ਕਰਨ ਲਈ, ਸਿੱਖਣ ਲਈ, ਸਿਖਾਉਣ ਲਈ ਨੀ ਕਹਿ ਸਕਦੇ। ਮੈਂ ਇੱਕ ਸਕੂਲ ਜੁਆਇਨ ਕੀਤਾ ਹੋਇਆ, ਜੀ ਐਨ ਇੰਟਰਨੈਸ਼ਨਲ ਗਰਲਸ ਸਕੂਲ ਹੈ ਸਾਡੇ ਇੱਥੇ, ਉੱਥੇ ਮਿਊਜ਼ਿਕ ਟੀਚਰ ਹਾਂ, ਬਤੌਰ ਮਿਊਜ਼ਿਕ ਟੀਚਰ ਉੱਥੇ ਸੇਵਾ ਦੇ ਰਿਹਾ। ਸੋ ਜੱਗੀ ਜੀ ਕੁਛ ਲਾਈਵ ਸੁਣਾਓਗੇ ਥੋੜਾ ਜਿਹਾ? ਹਾਂਜੀ ਸਰ, ਮੈਂ ਹੁਣ ਪਿੱਛੇ ਜਿਹੜੀ ਕਾਲ ਆਈ ਸੀ ਆਪਣੇ ਸਰ ਦੀ ਮਹਿਰੀਨ ਤੋਂ, ਸ਼ਾਇਦ ਬਹਿਰੀਨ ਤੋਂ, ਹਾਂਜੀ ਬਹਿਰੀਨ ਤੋਂ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਮੈਸੇਜ ਦਿੰਦੇ ਰਹਿਣ, ਤੇ ਉਹਨਾਂ ਨੂੰ ਮੈਂ ਵਿੱਚ ਗੱਲ ਕਰਨਾ ਚਾਹੁੰਦਾ ਸੀ, ਲੇਕਿਨ ਉਦੋਂ ਸ਼ਾਇਦ ਕਾਲ ਘੱਟ ਹੋ ਗਈ। ਆਪਾਂ ਮੈਸੇਜ ਵੀ ਇਸ ਐਲਬਮ ਦੇ ਵਿੱਚ ਪਾਇਆ ਸਰ, ਤੇ ਉਹ ਮੈਸੇਜ ਮੈਂ ਸੁਣਾਉਣਾ ਚਾਹੁੰਦਾ ਇਸ ਟਾਈਮ ਜਿਹੜੇ ਦਰਸ਼ਕ ਆਪਾਂ ਨੂੰ ਸੁਣ ਰਹੇ ਨੇ। ਹਾਂਜੀ ਉਹ ਮੇਰੇ ਵੀਰ ਚਾਨੀ ਕਾਂਸਪੁਰਾ ਜੀ, ਉਹਨਾਂ ਦਾ ਗਾਣਾ ਇੱਕ ਲਿਖਿਆ ਹੋਇਆ, ਦੁੱਖ ਵਿੱਚ ਨਾ ਮਾਰੋ ਲੁੱਕ, ਮੈਂ ਉਹ ਲਾਈਵ ਤੁਹਾਨੂੰ ਸੁਣਾਉਣਾ ਚਾਹੁੰਦਾ। ਦੁੱਖ ਵਿੱਚ ਨਾ ਮਾਰੋ ਜਲਤੀ ਜਮੀ ਤਾਨੂੰ ਨੂੰ ਬੱਚੇ ਮਾਇਖ ਆਉਂਦੀ ਕੁੱਖ ਵਿੱਚ ਮਾਰੋ ਹੋਏ ਲੋਕੋ ਕੀ ਜਗ ਦਾ ਕਾਜ ਚਾਹੁੰਦੀ ਆ ਭੈਣ ਬਿਨਾ ਬਸ ਰੱਖੜੀ ਕਿਸ ਬੰਨਣੀ ਬਿਨ ਰੱਖੜੀ ਤੋਂ ਬਾ ਮੇਰੀ ਵੀ ਨਹੀਂ ਮੰਨਣੀ ਭੈਣ ਬਿਨਾ ਦੱਸ ਗੁੱਤ ਰੱਖੜੀ ਕਿਸ ਬੰਨਣੀ ਬਿਨ ਰੱਖੜੀ ਤੋਂ ਬਾ ਮੇਰੀ ਵੀ ਨਹੀਂ ਮੰਨਣੀ ਰੋਣਾ ਵੀ ਸਿੱਖਿਆ ਭੈਣਾਂ ਹੱਸਣਾ ਵੀ ਭੈਣ ਸਿਖਾਉਂਦੀ ਆ ਕੁੱਖ ਵਿੱਚ ਨਾ ਮਾਰੋ ਜਗ ਦਾ ਕਾਜਰ ਚਾਹੁੰਦੀ ਆ ਜਗ ਦਾ ਕਾਜਰ ਚਾਹੁੰਦੀ ਆ
ਬਹੁਤ ਅੱਛਾ ਜੀ। ਸੋ ਇਹ ਮੈਸੇਜ ਵਾਲਾ ਗੀਤ ਤੁਹਾਡਾ ਹੈ ਜੀ ਟੇਪ ਦੇ ਵਿੱਚ, ਅਸੀਂ ਅਗਲੇ ਦਿਨਾਂ ਚ ਜਰੂਰ ਦੋਸਤਾਂ ਨੂੰ ਪਲੇ ਕਰਕੇ ਵੀ ਸੁਣਾਵਾਂਗੇ ਰਿਕਾਰਡ। ਜੀ ਟੇਪ ਤੁਹਾਡੀ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ ਕਿ ਕਦੋਂ ਆਈ ਸੀ, ਇੱਕੋ ਹੀ ਆਈ ਹੈ ਜਾਂ ਹੋਰ ਵੀ ਆਈ ਹੈ? ਸਰ ਹਾਂਜੀ ਬਿਲਕੁਲ, ਮੈਂ ਇਸ ਦੇ ਬਾਰੇ ਵੀ ਚਰਚਾ ਕਰਾਂਗੇ ਆਪਾਂ। ਹਾਂਜੀ ਮੈਂ ਸਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੋ ਦੱਸਿਆ ਵੀ ਗਾੜੀ ਸੀਜ਼ਨ, ਉਸ ਟਾਈਮ ਮੈਂ ਇੱਕ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ, ਇੱਕ ਟਰੈਕ ਪਾਇਆ ਸੀ ਸਰ ਪਰਦੇਸੀਆਂ ਲਈ, ਸਪੈਸ਼ਲ ਆਪਣੇ ਪਰਦੇਸੀ ਵੀਰ ਜਿਹੜੇ ਆਪਣਾ ਵਤਨ ਛੱਡ ਕੇ ਬਾਹਰ ਬੈਠੇ ਆ, ਕਿਤੇ ਵੀ ਬੈਠੇ ਆ ਜੀ ਜੀ, ਹਨਾ ਜੀ, ਉਹਨਾਂ ਲਈ ਅਸੀਂ ਟਰੈਕ ਪਾਇਆ ਸੀ। ਉਹ ਵੀ ਮੇਰੇ ਵੀਰ ਚਾਨੀ ਟਾਂਸਪੇ ਦਾ ਲਿਖਿਆ ਸੀ ਤੇ ਮਿਊਜ਼ਿਕ ਉਹਨਾਂ ਦਾ ਪਵਨ ਬਾਟੂ ਜੀ ਮੇਰੇ ਨਾਲ ਬਚਪਨ ਤੋਂ ਹੀ ਰਹੇ ਆ, ਨਾਲ ਕੀਬੋਰਡ ਪਲੇ ਕਰਦੇ ਰਹੇ ਆ ਆਪਣੇ ਜੀ ਜੀ, ਤੇ ਬਹੁਤ ਕੁਛ ਯਾਨੀ ਕਿ ਸਿੱਖਣ ਉਹਨਾਂ ਤੋਂ ਮਿਲਿਆ। ਉਹ ਉਹਨਾਂ ਦੇ ਸਟੂਡੀਓ ਅਸੀਂ ਉਹ ਰਿਕਾਰਡ ਕੀਤਾ ਸੀ ਸਰ, ਉਹ ਪਰਦੇਸੀਆਂ ਲਈ ਸੀ, ਪਰਦੇਸੀਆਂ ਨੂੰ ਡੈਡੀਕੇਟ ਸੀ ਸੌਂਗ ਉਹ, ਤਾਂ ਤੇ ਅਸੀਂ ਕੁਛ ਵਰਡਿੰਗ ਉਹਦੀਆਂ ਵੀ ਮੈਂ ਕੁਛ ਲੈਣਾ ਤੁਹਾਨੂੰ ਸ਼ੇਅਰ ਕਰੂੰਗਾ। ਉਹ ਸੌਂਗ ਸਰ ਪਾਇਆ ਸੀ, ਉਹ ਸੌਂਗ ਪਾਇਆ ਜਦੋਂ ਤਾਂ ਕੈਨੇਡਾ ਤੋਂ ਇੱਕ ਚੈਨਲ ਦੀ ਕਾਲ ਆਈ, ਕਹਿੰਦੇ ਸਰ ਸਾਨੂੰ ਉਹ ਚੈਨਲ ਬਹੁਤ ਆਇਆ, ਤੁਹਾਡਾ ਸੌਂਗ ਬਹੁਤ ਅੱਛਾ ਲੱਗਿਆ ਤੇ ਅਸੀਂ ਤੁਹਾਨੂੰ ਸ਼ੂਟ ਕਰਨਾ ਚਾਹੁੰਦੇ ਹਾਂ ਆਪਣੇ ਇੰਟਰਵਿਊ ਦੇ ਲਈ, ਪੰਜਾਬੀ ਚੈਨਲ ਚੱਲਦਾ ਉੱਥੇ ਸਰ, ਪੰਜਾਬੀ ਉਹਦਾ ਨਾਮ ਸੀ ਸ਼ਾਇਦ ਆਪਣਾ ਪੰਜਾਬੀ ਕਰਕੇ ਕੁਛ ਕੈਨੇਡਾ ਦੇ ਵਿੱਚ, ਉਹਨਾਂ ਦਾ ਸਰ ਕਾਲ ਆਈ, ਕਹਿੰਦੇ ਸਾਨੂੰ ਬਹੁਤ ਅੱਛਾ ਲੱਗਿਆ, ਅਸੀਂ ਸ਼ੂਟ ਕਰਨਾ ਚਾਹੁੰਦੇ ਹਾਂ ਸਾਨੂੰ, ਮਤਲਬ ਤੁਹਾਡਾ ਇੰਟਰਵਿਊ ਲੈਣਾ, ਤੁਸੀਂ ਕਿੱਥੇ ਰਹਿੰਦੇ ਹੋ, ਕਿੱਥੋਂ ਤੁਸੀਂ ਪੜ੍ਹੇ ਹੋ, ਕਿੱਥੇ ਤੁਹਾਡਾ ਜਾਣੀ ਹੋਇਆ। ਉਹ ਫਿਰ ਉਹਨਾਂ ਦੀ ਇੱਕ ਟੀਮ ਸਰ ਆਪਣੇ ਇੱਥੇ ਆਈ ਸੀ ਸਾਡੇ ਘਰ, ਇੱਥੇ ਆ ਕੇ ਆਪਣੇ ਸ਼ਹਿਰ ਦੇ ਵਿੱਚ ਉਹਨਾਂ ਨੇ ਵੀਡੀਓ ਕੀਤਾ, ਆਪਣਾ ਇੰਟਰਵਿਊ ਲਿਆ, ਫਿਰ ਉਹ ਕੈਨੇਡਾ ਦੇ ਵਿੱਚ ਚਲਾਇਆ। ਮਤਲਬ ਪਹਿਲੀ ਸੌਂਗ ਤੋਂ ਸਾਨੂੰ ਹੁੰਗਾਰਾ ਜਿਹਾ ਮਿਲਿਆ ਇੱਕ, ਤੇ ਫਿਰ ਉਦੋਂ ਬਾਅਦ ਅਸੀਂ ਹੌਲੀ ਹੌਲੀ ਜਿੱਦਾਂ ਮੇਰਾ ਵੀਰ ਵੱਡਾ ਵੀਰ ਸੰਘਾ ਡੰਡੇਵਾਲ ਜਿਹਨਾਂ ਦੀ ਹੁਣ ਕਾਲ ਸੀ, ਇਹਨਾਂ ਨੇ ਮੈਨੂੰ ਪੂਰੀ ਹੈਲਪ ਕੀਤੀ, ਆਪਣਾ ਪੰਮਾ ਬੋਦਲ ਵਾਲੀ ਆ ਜੀ, ਤੇ ਇਹਨਾਂ ਨੇ ਮੈਨੂੰ ਕਾਲਸ ਆਈਆਂ, ਇਹਨਾਂ ਨੇ ਕਹਿੰਦੇ ਭਾਜੀ ਵੀ ਐਂ ਕਰਦੇ ਆਪਾਂ ਹੁਣ ਇੱਕ ਐਲਬਮ ਇਕੱਠੀ ਕਰ ਲਈਏ, ਹਨਾ ਗਾਣੇ ਆਪਾਂ ਹੁਣ ਸਾਰੇ ਰਾਈਟਰ ਆਪਣੇ ਕੋਲ ਹੈ, ਇੱਕ ਐਲਬਮ ਆਪਾਂ ਤਿਆਰ ਕਰ ਲਈਏ। ਫਿਰ ਸਰ ਅਸੀਂ ਸਾਡਾ ਜਿੱਦਾਂ ਐਲਬਮ ਕੀਤੀ ਸੀ, ਮਤਲਬ ਸਿੰਗਲ ਸਿਲੈਕਟ ਤੋਂ ਪਹਿਲਾਂ, ਪਹਿਲਾਂ ਸਿੰਗਲ ਸਿਲੈਕਟ, ਉਦੋਂ ਬਾਅਦ ਅਸੀਂ ਐਲਬਮ ਕੀਤੀ ਆ ਸਾਡਾ ਕੀਤਾ, ਇਹਦੇ ਵਿੱਚ ਕਈ ਰਾਈਟਰ ਨੇ ਮੇਰੇ ਵੀਰ ਉਹਨਾਂ ਨੇ ਫੁੱਲ ਸਪੋਰਟ ਕੀਤੀ ਆਪਾਂ ਨੂੰ, ਹਰ ਪਾਸੋਂ ਸਪੋਰਟ ਕੀਤੀ, ਤੇ ਫਿਰ ਅਸੀਂ ਡਿਜੀਟਲ ਯਾਨੀ ਕਿ ਸਾਰੀ ਆਨਲਾਈਨ ਸਾਈਟਾਂ ਤੇ ਫਿਰ ਐਲਬਮ ਪਾਈ ਸੀ ਆਪਾਂ, ਸਾਡਾ ਚੇਤਾ। ਅੱਛਾ, ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਤੁਹਾਡੇ ਮੁਤਾਬਕ ਇਸ ਟੇਪ ਨੂੰ, ਤੁਹਾਡੇ ਐਲਬਮ ਨੂੰ? ਸਰ ਜਿੰਨਾ ਕੁ ਅਸੀਂ ਮਿਹਨਤ ਕੀਤੀ ਸੀ ਉਹ ਤੋਂ ਕਈ ਜ਼ਿਆਦਾ ਸਾਨੂੰ ਰਿਸਪੌਂਸ ਰਿਹਾ, ਕਈ ਗੁਣਾ ਜ਼ਿਆਦਾ ਸਾਨੂੰ ਰਿਸਪੌਂਸ ਮਿਲਿਆ ਇਸਦਾ। ਹਾਲਾਂਕਿ ਮੈਂ ਇਹ ਸਾਡੇ ਏਡੀਟ ਵਿੱਚ ਹੀ ਟੀਵੀ ਚੈਨਲਾਂ ਤੇ ਚੱਲਿਆ, ਹੋਰ ਪੰਜਾਬ ਚ ਕਿਤੇ ਹਜੇ ਟੀਵੀ ਚੈਨਲ ਤੇ ਨਹੀਂ ਗਾਣਾ ਚੱਲਿਆ, ਕਿਉਂਕਿ ਉਹ ਸਾਨੂੰ ਮੈਂ ਪਹਿਲਾਂ ਦੱਸ ਚੁੱਕਿਆ, ਕਿਉਂਕਿ ਮੇਨ ਗੱਲ ਜਿਹੜੀ ਹੁੰਦੀ ਹੈ ਬਜਟ ਦੀ, ਪੈਸੇ ਦੀ, ਹਨਾ ਜੀ, ਉਸ ਪ੍ਰੋਬਲਮ ਕਾਰਨ ਅਸੀਂ ਇਹਨੂੰ ਯਾਨੀ ਕਿ ਜ਼ਿਆਦਾ ਹਾਈਲਾਈਟ ਨਹੀਂ ਕਰ ਸਕੇ, ਬਟ ਅਸੀਂ ਜਿੰਨਾ ਕਿਤੇ ਮਿਹਨਤ ਕੀਤੀ ਸੀ ਉਹ ਕਈ ਦੁੱਗਣਾ ਜ਼ਿਆਦਾ ਸਾਨੂੰ ਇਹ ਤੇ ਪ੍ਰੋਫਿਟ ਯਾਨੀ ਸਾਨੂੰ ਫਾਇਦਾ ਬਹੁਤ ਹੋਇਆ, ਬੜੀਆਂ ਕਾਲਾਂ ਆਈਆਂ, ਬਹੁਤ ਜ਼ਿਆਦਾ ਰਿਸਪੌਂਸ ਆਇਆ, ਬਹੁਤ ਅੱਛਾ। ਪਿਛਲੇ ਸੰਡੇ ਦੀ ਤਾਂ ਗੱਲ ਹੈ, ਜਦ ਮੋਗੇ ਵਾਲੇ ਭੂਆ ਜੀ ਆਏ ਸੀ ਫਲਾਈਟ ਲੈਂਡਿੰਗ ਚ ਸਾਰੇ 10 ਮਿੰਟ, ਤੇ ਅਸੀਂ ਹਲੇ ਘਰੋਂ ਚੱਲੇ, ਰਸਤੇ ਚ ਅਸੀਂ ਪੱਪੀ ਮਾਸੀ ਨੂੰ ਵੀ ਪੈਕ ਕੀਤਾ, ਨਾਲ ਦੇ ਨਾਲ ਰਿੰਕੀ, ਪਿੰਕੀ, ਹੈਰੀ, ਬ੍ਰਾਊਨਿੰਗ ਸਾਰਿਆਂ ਨੂੰ ਪੈਕ ਕਰਨਾ ਸੀ, ਬਟ ਥੈਂਕਸ ਟੂ ਸਟਾਈਲਿਸ਼ ਰਨੋਲਡਾ ਜੀ, 100-10 PS engine with 6-speed gearbox, comfortable space for more and smooth driving, kyunki zindagi kadin sar nahi kardi, so live logical, new stylish Renault Logi, Bathinda, Jalandhar, Amritsar, Ludhiana, Patiala, Mohali, Chandigarh, Panchkula, Ambala, Jammu, Srinagar, ya phir Mandi, jitho kitho vi tusi purchase karna chahunde ho Renault Logi, ta aao Padam Renault, contact 8872036909। ਤੁਸੀਂ ਸੁਣ ਰਹੇ ਹੋ ਰੇਡੀਓ ਪੰਜਾਬ ਟੂਡੇ, ਪੰਜਾਬੀਆਂ ਦਾ ਆਪਣਾ ਰੇਡੀਓ। ਜੀ ਦੋਸਤੋ, ਰੇਡੀਓ ਪੰਜਾਬ ਟੂਡੇ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਜੀ ਸੁਰ ਸਰਨਾਵੇ, ਮੈਂ ਹਰਮੇਲਪ੍ਰੀਤ ਔਰ ਸਾਡੇ ਅੱਜ ਮਹਿਮਾਨ ਜੱਗੀ ਖਾਨ। ਸੋ ਜੱਗੀ ਖਾਨ ਦੇ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਜੀ ਉਹਨਾਂ ਦੀ ਗਾਇਕੀ ਦੇ ਬਾਰੇ ਚ, ਔਰ ਅਜੋਕੀ ਗਾਇਕੀ ਦੇ ਬਾਰੇ ਚ ਵੀ ਜ਼ਰੂਰ ਚਰਚਾ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ। ਜੇ ਐਸ ਜੌਲ ਸਾਹਿਬ ਨੇ ਮਨੀਲਾ ਤੋਂ ਸਾਨੂੰ ਮੈਸੇਜ ਭੇਜਿਆ ਜੀ, ਕਹਿੰਦੇ ਜੱਗੀ ਹੋਰਾਂ ਨੇ ਜਿਹੜਾ ਇੱਕ ਸੁਨੇਹਾ ਦਿੱਤਾ ਆਪਣੇ ਗੀਤ ਦੇ ਵਿੱਚ ਧੀਆਂ ਬਾਰੇ, ਬਹੁਤ ਚੰਗਾ ਲੱਗਿਆ ਜੀ, ਕਹਿੰਦੇ ਮੁਬਾਰਕ ਇਹਨਾਂ ਨੂੰ, ਵਧਾਈ ਦੇ ਹੱਕਦਾਰ ਨੇ। ਸ਼ੁਕਰੀਆ ਜੀ, ਸ਼ੁਕਰੀਆ। ਸੋ ਜੱਗੀ ਜੀ, ਤੁਹਾਡੀ ਜੇ ਟੇਪ ਵੇਖੀਏ ਤਾਂ ਉਹਦੇ ਵਿੱਚ ਕਾਫੀ ਸੰਜੀਦਾ ਗੀਤ ਨੇ, ਹਨਾ, ਔਰ ਤੁਸੀਂ ਨਵੀਂ ਪੀੜ੍ਹੀ ਦੇ ਗਾਇਕ ਹੋ, ਔਰ ਅੱਜ ਨਵੀਂ ਪੀੜ੍ਹੀ ਦੇ ਨਾਂ ਤੇ ਜਿਹੜਾ ਕੁਛ ਪੰਜਾਬੀ ਗਾਇਕੀ ਚ ਕੀਤਾ ਜਾ ਰਿਹਾ, ਉਸ ਤਰ੍ਹਾਂ ਦਾ ਤੁਹਾਡੀ ਟੇਪ ਦੇ ਵਿੱਚ ਤਾਂ ਖੈਰ ਕੁਛ ਨਹੀਂ ਲੱਭਿਆ ਹੁਣ ਤੱਕ, ਤੇ ਮਤਲਬ ਹਟ ਕੇ ਚੱਲਣਾ ਕਿੰਨਾ ਕੁ ਰਿਸਕੀ ਲੱਗਦਾ ਤੁਹਾਨੂੰ? ਸਰ ਹਟ ਕੇ ਹੀ ਚੱਲਣਾ ਚਾਹੀਦਾ ਹੈ। ਦੇਖੋ ਕੋਈ ਗੱਲ, ਉਹ ਮੈਸੇਜ ਦੇ ਰਹੇ ਸੀ ਨਾ ਸਰ, ਦਾ ਫੋਨ ਆਇਆ ਸੀ, ਕਹਿੰਦੇ ਭੇਡ ਚਾਲ ਸਪੋਰਟ ਚ ਨਾ ਚੱਲਣ, ਮੈਸੇਜ ਦਿੰਦੇ ਰਹਿਣ। ਸਰ ਏਦਾਂ ਹੁੰਦਾ ਜੀ, ਦੇਖ ਦੇਖ ਕੇ ਨਾ, ਮਾਹੌਲ ਦੇਖ ਕੇ ਥੋੜਾ ਜਾ ਐਂ ਜੇ ਹੁੰਦਾ ਵੀ ਯਾਰ ਸਾਰੇ ਇੱਕ ਪਾਸੇ ਭੱਜੇ ਆ, ਹਨਾ, ਥੋੜਾ ਕੁਛ ਐਕਸਟਰਾ ਕੁਛ ਯਾਨੀ ਅਲੱਗ ਦਈਏ ਆਪਾਂ ਲੋਕਾਂ, ਲੋਕ ਜਿਹੜੇ ਆ ਸੁਣ ਸੁਣ ਕੇ ਇੱਥੇ ਹੋਇਆ। ਇਹ ਮੈਸੇਜ, ਇਹ ਗਾਣੇ ਤੋਂ ਸਰ ਮੈਨੂੰ ਜਿੰਨਾ ਪਿਆਰ ਮਿਲਿਆ ਪਰਦੇਸੀ ਗਾਣੇ ਤੋਂ, ਮੈਂ ਕਹਿੰਦਾ ਮੈਨੂੰ
ਪਿਆਰ ਨਾ ਮਿਲੇ ਕਿਉਂਕਿ ਇੱਕ ਫੀਲਿੰਗ ਆ ਜਾਂਦੀ ਹੈ ਨਾ, ਸੁਣਦਾ ਉਹਨੂੰ, ਮਾਂ ਦੀ ਗੱਲ ਹੋਈ ਹੈ, ਭੈਣ ਦੀ ਗੱਲ ਹੋਈ ਹੈ, ਬਾਪੂ ਦੀ ਗੱਲ ਹੋਈ ਹੈ, ਹਨਾ ਇੱਕ ਪਰਿਵਾਰਿਕ ਸੌਂਗ। ਹਾਂਜੀ ਫਿਰ ਉਹ ਚੀਜ਼ਾਂ ਨੀ ਹੈ ਤੇ ਉਹ ਚੀਜ਼ਾਂ ਨੀ ਪਈਆਂ ਸੀ, ਮੈਂ ਫੋਕ ਰੱਖਿਆ, ਹਾਂਜੀ ਵਿੱਚ ਰੱਖਿਆ, ਕਿ ਅੱਜ ਕੱਲ ਫੇਸਬੁੱਕ ਦਾ ਗਾਣਾ ਵੀ ਵਿੱਚ ਰੱਖਿਆ ਤਾਂ ਆਲਬਮ ਦੇ ਇੱਕ, ਉਹ ਫੇਸਬੁੱਕ ਜ਼ਿਆਦਾ ਯੂਜ਼ ਕਰ ਰਿਹਾ, ਲੇਕਿਨ ਉਹ ਵੀ ਮੈਸੇਜ ਦਿੰਦਾ ਹੈ, ਉਹ ਵੀ ਐਂ ਕਹਿੰਦਾ ਛੱਡ ਫੇਸਬੁੱਕ, ਤੂੰ ਵਿਗੜ ਜਾਏਂਗੀ, ਉਹ ਵੀ ਐਂ ਕਹਿੰਦਾ ਫੇਸਬੁੱਕ ਚਲਾਓ। ਜੀ ਜੀ ਜੀ। ਸੋ ਖੁਦ ਤੁਸੀਂ ਦੱਸਿਆ ਕਿ ਤੁਸੀਂ ਥੋੜਾ ਜਿਹਾ ਕਲਾਸੀਕਲ ਟੱਚ ਵਾਲੇ ਬੰਦੇ ਹੋ, ਔਰ ਕਦੇ ਗਜ਼ਲ ਵਗੈਰਾ ਵੀ ਗਾ ਲੈਂਦੇ ਹੋ? ਗਜ਼ਲ ਵਗੈਰਾ ਸਰ ਅਸੀਂ ਬੜਾ ਬਹੁਤ ਗੁਣਗੁਣਾਇਆ, ਲੇਕਿਨ ਹਜੇ ਮੈਂ ਤੁਹਾਨੂੰ ਦੱਸਾਂ ਵੀ ਇੰਨੇ ਕਲੀਅਰਲੀ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ, ਹਜੇ ਬਹੁਤ ਮੈਂ ਸੋਚਦਾ ਬਹੁਤ ਅੱਗੇ ਦਾ ਮੁਕਾਮ ਹੈ ਜਿੱਥੇ ਅਸੀਂ ਪਹੁੰਚਣਾ। ਹਾਂਜੀ ਚਲੋ, ਨਿਸ਼ਾਨਾ ਬੜਾ ਉੱਚਾ ਮਿੱਥ ਕੇ ਚੱਲਣਾ ਚਾਹੀਦਾ, ਸਹੀ ਤੁਸੀਂ ਕਿਹਾ ਕਿ ਅਜੇ ਬਹੁਤ ਕੁਛ ਕਰਨਾ ਬਾਕੀ ਹੈ, ਲੇਕਿਨ ਸ਼ੁਰੂਆਤ ਬਹੁਤ ਅੱਛੀ ਹੈ ਤੁਹਾਡੀ। ਜੱਗੀ ਖਾਨ ਜੀ, ਪਹਿਲੀ ਟੇਪ ਤੁਸੀਂ ਕੀਤੀ ਉਹਦੇ 8-9 ਟਰੈਕਸ ਦੀ, ਔਰ ਮੇਰੇ ਖਿਆਲ ਚ ਉਹਨੂੰ ਥੋੜਾ ਸਮਾਂ ਹੋ ਗਿਆ, ਹੁਣ ਨਵਾਂ ਕੁਛ ਕਰਨ ਬਾਰੇ ਸੋਚ ਰਹੇ ਹੋ? ਹਾਂਜੀ ਹਾਂਜੀ, ਨਵਾਂ ਹੁਣ ਆਪਣਾ ਸੰਘਾ ਡੰਡੇਵਾਲ ਜੀ ਜਿਨ੍ਹਾਂ ਦੀ ਕੋਲਾਈ ਸਮਾਂ ਦਾ ਗੀਤ ਬੰਦ ਕਰ ਰਹੇ ਹਾਂ ਅਸੀਂ, ਇੱਕ ਸ਼ੰਟੀ ਸਿੱਧੂ ਰਾਈਟਰ ਹੈ ਮੁੰਡਾ, ਉਹ ਰਾਏਕੋਟ ਤੋਂ ਹੈ, ਉਹਨਾਂ ਦੇ ਦੋ ਟਰੈਕ ਮੇਰੇ ਕੋਲ ਆਏ, ਮੈਨੂੰ ਬਹੁਤ ਅੱਛੇ ਲੱਗੇ ਦੋਨੋਂ, ਮੇਰਾ ਮਨ ਹੈ ਵੀ ਦੋਨਾਂ ਨੂੰ ਕਰਨਾ, ਲੇਕਿਨ ਉਹਨਾਂ ਦੇ ਵਿੱਚੋਂ ਫਿਲਹਾਲ ਅਸੀਂ ਇੱਕ ਸਿੰਗਲ ਟਰੈਕ ਦੇਣਾ ਹੈ ਉਹਨਾਂ ਦਾ। ਅੱਛਾ, ਹੋਰ ਵੀ ਰਾਈਟਰ ਬੜੇ ਰਾਈਟਰਸ ਨੇ ਮੇਰੇ ਨਾਲ ਜੁੜੇ ਹੋਏ ਜਿਹੜੇ ਮੇਰੇ ਭਰਾ ਮੇਰਾ ਹਰ ਵੇਲੇ ਮੇਰਾ ਸਾਥ ਦਿੰਦੇ ਆ। ਅੱਛਾ, ਕਿਸ ਤਰ੍ਹਾਂ ਦੇ ਗੀਤ, ਕਿਉਂਕਿ ਇੱਕ ਕਲਾਕਾਰ ਨੂੰ ਗੀਤ ਤਾਂ ਵੈਸੇ ਹਰ ਤਰ੍ਹਾਂ ਦੇ ਗਾਉਣੇ ਪੈਂਦੇ ਨੇ, ਹਾਲਾਂਕਿ ਚਲੋ ਵਿਸ਼ੇ ਪੱਖ ਤੋਂ ਥੋੜਾ ਜਿਹਾ ਉਹ ਆਪਣੇ ਆਪ ਨੂੰ ਕੰਟਰੋਲ ਕਰ ਸਕਦਾ ਹੈ ਨਾ, ਲੇਕਿਨ ਬੀਟ ਵਾਲੇ, ਉਦਾਸ, ਨੱਚਣ ਵਾਲੇ, ਸਭ ਤਰ੍ਹਾਂ ਦੇ ਤੁਹਾਨੂੰ ਗਾਉਣੇ ਪੈਂਦੇ ਨੇ, ਤੇ ਤੁਹਾਡੇ ਆਪਣੇ ਰੂਹ ਦੇ ਨੇੜੇ ਕਿਸ ਤਰ੍ਹਾਂ ਦੇ ਗੀਤ ਨੇ ਜਿਹੜੇ ਤੁਸੀਂ ਅਕਸਰ ਆਪ ਗੁਣਗੁਣਾਉਂਦੇ ਹੋ? ਆਪਣਾ ਸਾਡਾ ਚੇਤਾ ਸੌਂਗ ਤੁਸੀਂ ਪਲੇ ਕੀਤਾ ਸੀ, ਇਹ ਮੇਰੇ ਬਹੁਤ ਰੂਹ ਦੇ ਨੇੜੇ ਆ, ਔਰ ਜਿਹੜੀ ਵਰਡਿੰਗ ਵਿੱਚ ਕੋਈ ਗੱਲਬਾਤ ਹੈ ਮੈਨੂੰ ਉਹ ਜ਼ਿਆਦਾ ਚੀਜ਼ਾਂ ਅੱਛੀਆਂ ਲੱਗ ਰਹੀਆਂ, ਜਿਹਦੇ ਵਿੱਚ ਕੋਈ ਅਵਾਕੀ ਜਿਵੇਂ ਤੁਸੀਂ ਗੱਲ ਉਹਦੇ ਵਿੱਚ ਉਹ ਵਰਡਿੰਗ ਇਹੀ ਜਿਹੀ ਹੁੰਦੀ ਹੈ, ਉਹਦਾ ਠਹਿਰਾਵ ਇਹੋ ਜਿਹਾ ਹੁੰਦਾ ਕਿ ਉਹ ਆਟੋਮੈਟਿਕਲੀ ਬੰਦੇ ਦੇ ਮਨ ਦੇ ਵਿੱਚ ਬਸ ਜਾਂਦਾ ਹੈ। ਉਹ ਜਿਹੜਾ ਸਾਡਾ ਚੇਤਾ ਸੌਂਗ ਮੇਰੇ ਏਦਾਂ ਦੀ ਵਰਡਿੰਗ ਦੇ ਸੌਂਗ ਮੈਨੂੰ ਬਹੁਤ ਜ਼ਿਆਦਾ ਅੱਛੇ ਲੱਗਦੇ ਆ, ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਗਾਣੇ ਪੈਂਦੇ ਨੇ ਸਿੰਗਰਾਂ ਨੂੰ, ਉਹੀ ਚੀਜ਼ ਹੈ ਵੀ ਲੋਕਾਂ ਨੂੰ ਜਿਵੇਂ ਦੇ ਲੋਕ ਹੋ ਜਾਂਦੇ ਆ ਉਦਾਂ ਦਾ ਹੋਣਾ ਪੈਂਦਾ ਸਾਨੂੰ ਵੀ, ਕਿਉਂਕਿ ਲੋਕ ਮੰਗ ਕਰਦੇ ਆ। ਹੁਣ ਜਿਵੇਂ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਕਹਿੰਦੇ ਭਾਜੀ ਕੋਈ ਤੁਸੀਂ ਵੀ ਕੋਈ ਖੜਕੇ ਲੜਕੇ ਵਾਲਾ ਗਾਣਾ ਕੱਢੋ, ਬੰਦਾ ਬੁੰਦਾ ਮਾਰੋ ਹੈ ਮਤਲਬ, ਖੜਕੇ ਲੜਕੇ ਵਾਲਾ ਗਾਣਾ ਕੱਢੋ, ਤੇ ਉਹ ਫਿਰ ਹੁਣ ਉਹ ਸਾਰਾ ਸਾਡਾ ਫੈਨ ਸਾਡੇ ਜਿਹੜੇ ਫਰੈਂਡ ਸਰਕਲ ਹੈ ਜਾਂ ਹੋਰ ਹੈ ਉਹ ਕਹਿੰਦੇ ਭਾਜੀ ਸਾਨੂੰ ਇਹ ਚੀਜ਼ ਪਸੰਦ ਹੈ। ਹੁਣ ਉਹ ਉਸ ਉਹਨਾਂ ਨੂੰ ਦੇਖ ਕੇ ਅਸੀਂ ਸ਼ੰਡੀ ਸਿੱਧੂ ਵੀਰ ਦਾ ਇੱਕ ਗਾਣਾ ਮੈਂ ਸਿਲੈਕਟ ਕੀਤਾ, ਮੈਂ ਭਾਈ ਚਲੋ ਠੀਕ ਹੈ ਮੈਂ ਤੁਹਾਡੇ ਲਈ ਗਾ ਲੈਣਾ, ਮੈਨੂੰ ਤਾਂ ਨਹੀਂ ਚੰਗਾ ਲੱਗਦਾ ਪਰ ਮੈਂ ਤੁਹਾਡੇ ਲਈ ਗਾਊਂਗਾ, ਕਿਉਂਕਿ ਸਾਡੇ ਲਈ ਤਾਂ ਉਹੀ ਸਾਰਾ ਕੁਛ ਹੈ ਜੀ, ਦਰਸ਼ਕ ਹੀ ਸਾਰਾ ਕੁਛ ਹੁੰਦੇ ਆ। ਅੱਛਾ ਨਹੀਂ, ਉਹਦੇ ਵਿੱਚ ਵੀ ਮੇਰੇ ਖਿਆਲ ਚ ਇੱਕ ਲਿਮਿਟ ਤੱਕ ਕਿਤੇ ਮਿਥਣੀ ਪਏਗੀ ਨਾ, ਮੈਂ ਇੱਥੋਂ ਤੱਕ ਤੁਹਾਡੇ ਲਈ ਕਰ ਸਕਦਾ, ਇਸ ਤੋਂ ਅੱਗੇ ਮੈਂ ਨਹੀਂ ਜਾ ਸਕਦਾ ਨਾ, ਇੱਕ ਲਾਈਨ ਤੱਕ ਕਿਤੇ ਖਿੱਚਣੀ ਪੈਂਦੀ ਹੈ। ਹਾਂਜੀ ਵੀ ਐ ਵੀ ਏਦਾਂ ਵੀ ਇੰਨਾ ਗਹਿਰਾਈ ਚ ਨਹੀਂ ਗਏ ਅਸੀਂ, ਬਸ ਪਰ ਵੀ ਇੰਨਾ ਅੱਜ ਕੱਲ ਗੋਲੀਆਂ ਗਾਲੀਆਂ ਦੀ ਗੱਲਾਂ ਹੋ ਰਹੀਆਂ ਉਹ ਵਾਸਤੇ ਰੱਖੀ ਹੈ, ਅਗਰ ਤੁਸੀਂ ਕਹਿੰਦੇ ਤਾਂ ਮੈਂ ਤੁਹਾਨੂੰ ਸਾਰਾ ਸੁਣਾ ਦਿੰਦਾ। ਜੀ ਚਲੋ ਦੇਖਦੇ ਹਾਂ, ਸੁਣਾ ਕੇ ਦਿਖਾਓ ਜੀ ਫਿਰ, ਮਤਲਬ ਕਿੱਦਾਂ ਦੀ ਗੋਲੀ ਚਲਾਈ ਹੈ। ਹਾਂਜੀ ਹਾਂਜੀ ਹਾਂਜੀ, ਉਹ ਏਦਾਂ ਜੀ ਸੁਣਿਆ ਵੈਰੀਆਂ ਨੇ ਅੱਤ ਚੱਕ ਲਈ, ਆਪਾਂ ਵੀ ਨਾਲੀ ਰੰਗਾਂ ਨਾਲ ਡੱਕ ਲਈ, ਮੀਂਹ ਵਾਂਗੂ ਗੋਲੀਆਂ ਵਰ ਯਾਰ ਨੀ। ਅੱਛਾ, ਤੁਹਾਨੂੰ ਮਤਲਬ ਤੁਸੀਂ ਦੱਸਿਆ ਕਿ ਜਾਤੀ ਤੌਰ ਤੇ ਇਸ ਤਰ੍ਹਾਂ ਦੇ ਗਾਣੇ ਨਹੀਂ ਪਸੰਦ, ਲੇਕਿਨ ਕਿਉਂਕਿ ਤੁਸੀਂ ਗਾਉਣਾ ਹੈ ਔਰ ਲੋਕਾਂ ਦੀ ਪਸੰਦ ਦੇ ਮੁਤਾਬਕ, ਇਸ ਤਰ੍ਹਾਂ ਦੇ ਕਿੰਨੇ ਕੁ ਲੋਕ ਹੁੰਦੇ ਨੇ, ਜ਼ਿਆਦਾ ਇਸ ਤਰ੍ਹਾਂ ਦੇ ਗਿਣਤੀ ਦੇ ਲੋਕ ਨੇ ਜਿਹੜੇ ਇਹ ਮੰਗ ਕਰਦੇ ਨੇ ਕਿ ਗੋਲੀਆਂ ਚਲਾਓ, ਜਾਂ ਜ਼ਿਆਦਾ ਗਿਣਤੀ ਤੁਹਾਡੇ ਪਹਿਲਾਂ ਵਾਲੇ ਗੀਤਾਂ ਨੂੰ ਪਿਆਰ ਕਰਨ ਵਾਲੀ ਹੈ? ਸਰ ਜਿਹੜੇ ਸੂਝਵਾਨ ਬੰਦੇ ਆ ਨਾ, ਜਿਹੜੇ ਜਿਹਨਾਂ ਦੇ ਜਿਹੜੇ ਜਿਹੜੇ ਇਸ ਦੁਨੀਆਂ ਚ ਯਾਨੀ ਕਿ ਸਹਿਚਾਰ ਬਣਾ ਚੁੱਕੇ ਆ, ਜਿਹੜੇ ਬੰਦੇ ਇਸ ਦੁਨੀਆਂ ਨੂੰ ਸਮਝ ਚੁੱਕੇ ਨੇ, ਉਹ ਇਨਸਾਨ ਕਦੇ ਵੀ ਏਦਾਂ ਦੀ ਗੱਲ ਨੀ ਕਰਦਾ, ਉਹ ਗੱਲ ਕਰਦਾ ਪਿਆਰ ਦੀ ਹੈ ਨਾ ਜੀ, ਮੈਸੇਜ ਦੀ, ਉਹ ਗੱਲਾਂ ਕਰਦੇ ਆ। ਉਹ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ, ਜਿਵੇਂ ਮੈਂ ਲਾ ਲਵਾਂ, ਮੈਂ ਆਪਦੇ ਆਪ ਤੇ ਲਾ ਲਾਂ, ਹਾਲਾਂਕਿ ਮੈਨੂੰ ਨੀ ਪਸੰਦ, ਮੇਰੇ ਜਿਹੜੇ ਮੇਰੇ ਹਾਣ ਪਰਿਵਾਰ ਦੇ ਬੰਦੇ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਹੈ, ਉਹ ਪਸੰਦ ਕਰਦੇ ਵੀ ਯਾਰ ਅੱਜ ਕੱਲ ਆਹ ਚੱਲ ਰਿਹਾ ਧੂਮ ਧੜਾਕੇ ਜਿਹੇ ਵਾਲਾ ਗਾਣਾ, ਇਹ ਏਦਾਂ ਹੋਣੇ ਚਾਹੀਦੇ ਆ। ਹਾਲਾਂਕਿ ਜਿਹੜੇ ਸੂਝਵਾਨ ਨੇ, ਜਿਹੜੇ ਸਮਝਦਾਰ ਨੇ, ਜਿਹੜੇ ਦੁਨੀਆਂ ਦੇਖ ਚੁੱਕੇ ਆ ਹਨਾ ਜੀ, ਜਿਹੜੇ ਰਚ ਚੁੱਕੇ ਇਸ ਦੁਨੀਆਂ ਨੂੰ, ਦੇਖ ਚੁੱਕੇ ਆ ਵੀ ਹਾਂ ਵੀ ਕੀ ਕੁਛ ਹੋ ਰਿਹਾ, ਸਮਝ ਚੁੱਕੇ ਨੇ, ਉਹ ਬੰਦੇ ਨੀ ਏਦਾਂ ਦੇ ਅੱਜ ਤੱਕ, ਉਹਨਾਂ ਦਾ ਜਿਹੜੇ ਸਿਆਣੇ ਬੰਦੇ ਮੈਂ ਕਹਿੰਦਾ ਜਿਹੜੇ ਆਪਣੇ ਦੋਸਤ ਚੀਜ਼ਾਂ ਦੇ ਜ਼ਿਆਦਾ ਆਪਣੇ ਤੋਂ ਵੱਡੇ ਆ, ਉਹਨਾਂ ਦਾ ਅੱਜ ਤੱਕ ਮੈਨੂੰ ਏਦਾਂ ਦਾ ਕੋਈ ਮੈਸੇਜ ਨੀ ਆਇਆ, ਨਾ ਕਦੇ ਕੋਲ ਆਈ ਕਿ ਭਾਜੀ ਤੁਸੀਂ ਏਦਾਂ ਕਰੋ ਜਾਂ ਬੇਟਾ ਤੁਸੀਂ ਏਦਾਂ ਕਰੋ, ਉਹਨਾਂ ਦਾ ਕਦੇ ਨੀ। ਉਹ
ਕੋਲ ਮੈਸੇਜ ਆਇਆ। ਅੱਜ ਕੱਲ ਜਿਹੜੇ ਫਰੈਂਡ ਸਰਕਲ ਲਾ ਲਓ ਜਾਂ ਅੱਜ ਕੱਲ ਦੀ ਜਨਰੇਸ਼ਨ, ਉਹਨਾਂ ਤੋਂ ਮੰਗ ਹੈ ਸਰ। ਅੱਛਾ, ਤੁਹਾਨੂੰ ਲੱਗਦਾ ਕਿ ਚਲੋ ਮੰਗ ਤਾਂ ਹੈ ਲੇਕਿਨ ਜਿਹੜੀ ਹਿੰਸਾ ਹੈ ਉਹਨੂੰ ਬਹੁਤ ਜ਼ਿਆਦਾ ਅਸੀਂ ਹੁਲਾਰਾ ਵੀ ਨਹੀਂ ਦੇ ਸਕਦੇ, ਉਹਨੂੰ ਉਹਨੂੰ ਗਲੋਰੀਫਾਈ ਵੀ ਨਹੀਂ ਕਰਕੇ ਦਿਖਾ ਸਕਦੇ, ਉਹਨਾਂ ਦੀ ਤਾਰੀਫ ਦੇ ਵਿੱਚ ਵੀ ਗਾਣੇ ਨਹੀਂ ਲਿਖ ਸਕਦੇ। ਔਰ ਹਿੰਸਾ ਦੇ ਬਾਰੇ ਚ ਇਹੀ ਕਿਹਾ ਜਾ ਸਕਦਾ ਜਿਵੇਂ ਤੁਸੀਂ ਕਿਹਾ ਕਿ ਅਗਰ ਆਡੀਅੰਸ ਮੰਗ ਕਰਦੀ ਹੈ ਤੁਸੀਂ ਉਹ ਗਾਣਾ ਵੀ ਗਾ ਦਿੰਦੇ ਹੋ, ਔਰ ਸ਼ੁਰੂ ਚ ਤੁਸੀਂ ਕਿਹਾ ਸੀ ਕਿ ਤੁਸੀਂ ਭੀੜ ਤੋਂ ਵੱਖਰਾ ਹੋ ਕੇ ਵੀ ਚੱਲਣਾ ਚਾਹੁੰਦੇ ਹੋ, ਤੇ ਮਤਲਬ ਭੀੜ ਵਾਲਾਂ ਦੀ ਬਾਂਹ ਫੜ ਕੇ ਤਾਂ ਭੀੜ ਤੋਂ ਵੱਖਰਾ ਨਹੀਂ ਹੋਇਆ ਜਾਣਾ, ਉਹ ਬਾਂਹ ਛੱਡਣੀ ਪੈਣੀ ਹੈ ਨਾ। ਤੇ ਦੂਜੀ ਗੱਲ ਇਹ ਕਿ ਜੇ ਮਤਲਬ ਇੱਕ ਬੱਚਾ ਨਾ ਸਮਝ ਜਾਣਾ, ਜਿਹੜੀ ਜਿਹੜੀ ਏਜ ਵਾਲੇ ਸਾਡੇ ਲਿਸਨਰ ਇਹ ਮੰਗ ਕਰਦੇ ਨੇ ਇਸ ਤਰ੍ਹਾਂ ਦੇ ਗੀਤਾਂ ਦੀ, ਉਹ ਟੀਨ ਏਜ ਵਾਲੇ ਨੇ ਹੈ ਨਾ। ਆਮ ਤੌਰ ਤੇ ਤੁਹਾਡੇ ਸਿੰਗਰ ਵੀ ਕਹਿੰਦੇ ਨੇ ਕਿ ਅਸੀਂ ਉਹਨਾਂ ਨੂੰ ਹੀ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਹੀ ਸਾਹਮਣੇ ਰੱਖ ਕੇ ਗੀਤ ਬਣਾਉਣੇ ਆ, ਕਿਉਂਕਿ ਉਹਨਾਂ ਨੂੰ ਬਹੁਤ ਹੀ ਚੀਜ਼ਾਂ ਸਮਝ ਨਹੀਂ ਹੁੰਦੀ, ਸਿਰਫ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਉਸ ਉਮਰ ਦੇ ਵਿੱਚ, ਖੂਨ ਥੋੜਾ ਜਿਹਾ ਜ਼ਿਆਦਾ ਹੀ ਗਰਮ ਹੁੰਦਾ। ਲੇਕਿਨ ਇਹ ਤਾਂ ਨਹੀਂ ਨਾ ਕਿ ਇੱਕ ਬੱਚਾ ਜਿੱਦ ਕਰ ਰਿਹਾ ਕਿ ਉਹਨੂੰ ਜ਼ਹਿਰ ਖਾਣ ਦਿਓ, ਔਰ ਮਾਂ ਬਾਪ ਉਹਨੂੰ ਰੋਕਣ ਨਾ ਕਿ ਬੱਚਾ ਜਿੱਦ ਕਰ ਰਿਹਾ ਚਲੋ ਖਾ ਲੈਂਦੇ ਥੋੜਾ ਜਿਹਾ, ਏਦਾਂ ਤਾਂ ਨਹੀਂ ਹੋ ਸਕਦਾ ਨਾ। ਹਾਂਜੀ ਹਾਂਜੀ, ਇਹ ਤਾਂ ਨਹੀਂ ਹੋ ਸਕਦਾ ਸਰ। ਸਰ ਏਦਾਂ ਇੱਕ ਉਹ ਕਹਿੰਦੇ ਟ੍ਰੈਂਡ ਫੈਸ਼ਨ ਚੱਲ ਗਿਆ ਨਾ ਜੀ, ਹੁਣ ਤੁਸੀਂ ਦੇਖ ਲਓ ਜਿੱਧਰ ਦੇਖ ਲਓ, ਲੇਕਿਨ ਏਦਾਂ ਵੀ ਅਸੀਂ ਇੰਨਾ ਜ਼ਿਆਦਾ ਕੁਛ ਉਹ ਨਹੀਂ ਉਹਦੇ ਵਿੱਚ ਦਿਖਾ ਸਕਦੇ ਗਾਣੇ ਦੇ ਵਿੱਚ, ਬਹੁਤ ਕੁਛ ਅੱਜ ਕੱਲ ਹੋ ਰਿਹਾ, ਬਹੁਤ ਕੁਛ ਦਿਖਾ ਰਹੇ ਹੈ, ਉਹ ਨਹੀਂ ਕਰ ਸਕਦੇ ਅਸੀਂ। ਲੇਕਿਨ ਹਾਲਾਂਕਿ ਹਜੇ ਅਸੀਂ ਪਲਾਨਿੰਗ ਹੀ ਕੀਤੀ ਹੈ, ਅਗਰ ਮੈਨੂੰ ਇਹਦੇ ਬਾਰੇ ਮੈਸੇਜ ਆਇਆ ਕਿ ਨਹੀਂ ਸਰ ਤੁਸੀਂ ਤੁਹਾਡੇ ਇਹ ਨਹੀਂ ਚੰਗਾ ਲੱਗਣਾ, ਆਪਾਂ ਇਹਨਾਂ ਨੂੰ ਕੈਂਸਲ ਵੀ ਕਰ ਦੇਵਾਂਗੇ ਜੀ। ਮੈਨੂੰ ਲੱਗਦਾ ਚਲੋ ਮੇਰੀ ਜਾਤੀ ਰਾਇ ਤਾਂ ਇਹ ਕਿ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਦੀ ਇਮੇਜ ਤੁਸੀਂ ਬਣਾਉਣੀ ਚਾਹੁੰਦੇ ਹੋ, ਔਰ ਤੁਹਾਡੇ ਪੁਰਾਣੇ ਗੀਤ ਜਿਹੜਾ ਕੁਛ ਕਹਿੰਦੇ ਆ ਉਹਦੇ ਨਾਲ ਤਾਂ ਮੇਲ ਨਹੀਂ ਖਾਣਾ ਇਸਨੇ, ਔਰ ਫਿਰ ਤੁਸੀਂ ਵਿੱਚ ਵਿਚਾਲੇ ਲੱਟ ਕੇ ਜਾਣਾ, ਨਾ ਉਧਰ ਦੇ ਰਹਿਣਾ ਨਾ ਉਧਰ ਦੇ ਰਹਿਣਾ। ਬਾਕੀ ਕਾਲਰ ਸਾਡੇ ਸੁਣ ਰਹੇ ਨੇ, ਮੇਰੇ ਖਿਆਲ ਚ ਤੁਹਾਨੂੰ ਜ਼ਰੂਰ ਸੁਜੈਸਟ ਕਰਨਗੇ ਅਗਲੇ 15 ਮਿੰਟਾਂ ਚ ਸਾਡੇ ਕੋਲੇ ਬੱਚੇ ਨੇ, ਕਾਲ ਕਰਕੇ ਤੁਹਾਡਾ ਮਾਰਗਦਰਸ਼ਨ ਜ਼ਰੂਰ ਕਰਨ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਵੀ ਕਰਾਂਗਾ। ਤੇ ਆਪਾਂ ਜੱਗੀ ਜੀ ਇੱਕ ਗੀਤ ਸੁਣਦੇ ਹਾਂ ਪਹਿਲਾਂ, ਫਿਰ ਬਾਕੀ ਗੱਲਾਂ ਬਾਤਾਂ ਕਰਦੇ ਹਾਂ। ਜੀ ਦੋਸਤੋ, ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰ ਰਹੇ ਜੀ ਜੱਗੀ ਖਾਨ ਹੋਰਾਂ ਦੇ ਨਾਲ, ਆਪਣੇ ਕੋਲੇ ਥੋੜਾ ਜਿਹਾ ਸਮਾਂ ਬਚਾ ਜੀ, 8-9 ਮਿੰਟ ਹੋਰ ਬਚੇ ਨੇ ਗੱਲਾਂ ਬਾਤਾਂ ਕਰਨ ਦੇ ਲਈ। ਸੋ ਜੱਗੀ ਜੀ, ਗਾਇਕੀ ਤੋਂ ਬਿਨਾਂ ਹੋਰ ਕੀ ਤੁਹਾਡੇ ਸ਼ੌਕ ਨੇ? ਹੋਰ ਸ਼ੌਕ ਮਿਊਜ਼ਿਕ ਪਲੇਇੰਗ ਦਾ ਬੜਾ ਸ਼ੌਕ ਹੈ ਜੀ, ਆਪਣਾ ਪਲੇ ਕਰਨ ਦਾ, ਜਿੱਦਾਂ ਪ੍ਰੋਗਰਾਮ ਚ ਕੀਬੋਰਡ ਪਲੇ ਕਰਨ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਕ ਹੈ। ਹਾਂਜੀ ਜੀ, ਹਾਂਜੀ ਹਾਂਜੀ, ਤੇ ਹੋਰ ਸ਼ੌਕ ਜ਼ਿਆਦਾ ਨਹੀਂ ਰੱਖੇ ਹੋਏ, ਸ਼ੌਕ ਇਹੀ ਹੈ ਐਸੇ ਤੇ ਜ਼ਿਆਦਾ ਵਕਤ ਲਾਈਦਾ ਜੀ। ਅੱਛਾ, ਕੀ ਕੀ ਪਲੇ ਕਰ ਲੈਂਦੇ ਹੋ, ਕਿਹੜਾ ਕਿਹੜਾ ਸਾਜ ਵਜਾ ਲੈਂਦੇ ਹੋ? ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਅੱਛੇ ਗਾ ਰਹੇ ਹੈ, ਆਵਾਜ਼ ਬਹੁਤ ਪਿਆਰੀ ਇਹਨਾਂ ਦੀ, ਬਾਕੀ ਸੋਚ ਵੀ ਬਹੁਤ ਵਧੀਆ ਹੈ, ਕਿਉਂਕਿ ਜੋ ਇੱਕ ਗਾਇਕ ਹੁੰਦਾ, ਜੋ ਇੱਕ ਐਕਟਿਵ ਹੈ, ਇੱਕ ਤਰ੍ਹਾਂ ਉਹ ਸਮਾਜਿਕ ਦਾ ਇੱਕ ਤਰ੍ਹਾਂ ਆਗੂ ਵੀ ਹੁੰਦਾ ਹੈ ਜੀ ਜੀ, ਤੇ ਜੇ ਉਹਦੀ ਸੋਚ ਵਧੀਆ ਹੋਊਗੀ ਤਾਂ ਉਹ ਇੱਕ ਵਧੀਆ ਸਮਾਜ ਉਸਾਰਦਾ ਹੈ ਜੀ ਜੀ। ਤੇ ਬਾਈ ਜੀ ਦੇ ਗੀਤ ਸਾਰੇ ਬਹੁਤ ਵਧੀਆ ਲੱਗੇ ਮੈਨੂੰ, ਵਧੀਆ ਠੀਕ ਹੈ ਜੀ। ਹਾਂਜੀ ਹਾਂਜੀ, ਤੇ ਹਾਂਜੀ ਹੋਰ ਕੁਛ ਟਿੱਪਾ ਸਾਹਿਬ? ਬਸ, ਤੇ ਬਾਕੀ ਜੋ ਇਹ ਕਹਿੰਦੇ ਸੀ ਵੀ ਕੁਛ ਕੁ ਲੋਕ ਕਹਿ ਦਿੰਦੇ ਵੀ ਸਾਨੂੰ ਬੜਕਾਂ ਬੁੜਕਾਂ ਵਾਲੇ ਗਾਣੇ ਵੀ ਸੋਹਣੇ ਲੱਗਦੇ ਹੈ ਨਾ। ਹਾਂਜੀ ਹਾਂਜੀ, ਮਤਲਬ ਮੈਂ ਪੁੱਛਿਆ ਸੀ ਕਿ ਬੜਕਾ ਮਾਰ ਲੈਣ ਕੇ ਨਾ ਮਾਰਨ, ਬੜਕ ਦੀ ਮੇਰੇ ਖਿਆਲ ਇੰਨੀ ਜ਼ਿਆਦਾ ਜ਼ਰੂਰਤ ਤਾਂ ਹੁੰਦੀ ਨੀ ਜੀ, ਕਿਉਂਕਿ ਆਪਾਂ ਵੇਖਦੇ ਜਦੋਂ ਵੀ ਬੜਕ ਵੱਜਦੀ ਹੈ ਤੇ ਉਦੋਂ ਕੰਮ ਖਰਾਬ ਹੀ ਹੁੰਦਾ। ਸਹੀ ਗੱਲ ਹੈ ਜੀ, ਬਿਲਕੁਲ ਜੀ। ਜਿਹੜਾ ਸੰਗੀਤ ਹੈ ਨਾ ਜੀ, ਇਹ ਤਾਂ ਰੂਹ ਨੂੰ ਸਕੂਨ ਦੇਣ ਵਾਲੀ ਚੀਜ਼ ਹੈ, ਬਿਲਕੁਲ ਹੈ ਨਾ ਜੀ, ਬਿਲਕੁਲ। ਜੇ ਸੰਗੀਤ ਹੀ ਵਿਵਾਦ ਖੜੇ ਕਰਨ ਲੱਗ ਪਿਆ ਤੇ ਉਹ ਗੱਲ ਹੋਰ ਹੀ ਪਾਸੇ ਤੁਰ ਗਈ, ਫਿਰ ਤਾਂ ਫਿਰ ਸੰਗੀਤ ਨੀ ਹੋ ਗਿਆ, ਫਿਰ ਤਾਂ ਹੋਰ ਕੁਛ ਹੋ ਗਿਆ। ਸਹੀ ਗੱਲ ਹੈ, ਸਹੀ ਗੱਲ, ਬਿਲਕੁਲ ਸਹੀ, ਬੜੀ ਸ਼ਾਨੀ ਹੈ ਨਾ ਜੀ। ਹਾਂਜੀ ਹਾਂਜੀ ਹਾਂਜੀ, ਸੋ ਸਮਝ ਗਏ ਜੀ ਤੁਹਾਡਾ ਇਸ਼ਾਰਾ ਕਿੱਧਰ ਨੂੰ ਹੈ, ਤੇ ਜਾਨੀ ਕਿ ਤੁਹਾਡੀ ਵੋਟ ਨਾਚ ਹੈ ਹਨਾ ਤੇ ਜੀ। ਹਾਂਜੀ ਹਾਂਜੀ, ਹਾਂ ਚਲੋ ਟੀਮਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡਾ, ਦਿੱਲੀ ਤੋਂ ਤੁਸੀਂ ਕਾਲ ਕੀਤੀ ਸਾਨੂੰ, ਦਿੱਲੀ ਚ ਬੈਠ ਕੇ ਸੁਣਿਆ ਵੀ ਜੀ। ਜੱਗੀ ਖਾਨ ਜੀ, ਫਿਰ ਰਿਆਜ਼ ਕਿੰਨਾ ਕਰ ਲੈਂਦੇ ਅੱਜ ਕੱਲ ਸਕੂਲ ਚ? ਵੈਸੇ ਪੜ੍ਹਾਉਣਾ ਤੁਹਾਡਾ ਆਪਣਾ ਵੀ ਹੋ ਜਾਂਦਾ ਹੋਏਗਾ ਬੱਚਿਆਂ ਦੇ ਨਾਲ ਨਾਲ, ਹਨਾ? ਬੜਾ ਰਿਆਜ਼ ਹੋ ਜਾਂਦਾ ਸਰ, ਜਿੱਦਾਂ ਹੁਣ ਜਾਸਾ ਵਾਲੋ ਸਕੂਲ ਚ ਜਾਈਦਾ ਤੇ ਹਜੇ ਬੱਚੇ ਨਹੀਂ ਆਏ ਹੁੰਦੇ, ਪਹਿਲਾਂ ਮਤਲਬ ਘੰਟਾ ਡੇਢ ਘੰਟਾ ਫ੍ਰੀ ਹੁੰਦਾ, ਉਦੋਂ ਵਧੀਆ ਮਨ ਲਾ ਕੇ ਦਰਵਾਜ਼ੇ ਬੰਦ ਕਰਕੇ ਮਿਊਜ਼ਿਕ ਰੂਮ ਦਾ ਬਹੁਤ ਅੱਛੀ ਤਰ੍ਹਾਂ ਯਾਨੀ ਕਿ ਆਪਣਾ ਤਾਂ ਅਪਲਾਈ ਕਰਕੇ ਹਾਰਮੋਨੀਅਮ ਰੱਖ ਕੇ ਪਹਿਲਾਂ ਸਟਾਰਟਿੰਗ ਕਰੀਦੀ ਹੈ, ਰਿਹਾਇਸ਼ ਕਰੀਦਾ, ਮਤਲਬ ਪੂਰੇ ਦਿਨ ਮਿਊਜ਼ਿਕ ਹਾਰਮੋਨੀਅਮ ਨਾਲ ਹੀ ਰਹੀਦਾ ਸਕੂਲ ਦੇ ਵਿੱਚ ਜੀ ਜੀ, ਤੇ ਮਤਲਬ ਪਹਿਲਾਂ ਤਾਂ ਹੋ ਹੀ ਨਹੀਂ ਸਕਦੇ, ਰਿਹਾਇਸ਼ ਚੱਲਦਾ ਹੀ ਰਹਿੰਦਾ। ਹਾਂਜੀ ਚਲੋ, ਚੱਲਦਾ ਹੀ ਰਹਿਣਾ ਚਾਹੀਦਾ। ਅੱਛਾ ਜੱਗੀ ਜੀ, ਗੀਤ
ਤੁਸੀਂ ਚੁਣਦੇ ਤਾਂ ਬਹੁਤ ਵਧੀਆ, ਔਰ ਤੁਹਾਡੀ ਗੱਲਾਂ ਬਾਤਾਂ ਤੋਂ ਵੀ ਲੱਗਦਾ ਤੁਹਾਡੀ ਸੋਚ ਦਾ ਪਤਾ। ਕਦੇ ਖੁਦ ਵੀ ਲਿਖ ਲੈਂਦੇ ਹੋ ਗੀਤ ਵਗੈਰਾ ਜਾਂ ਬਾਕੀ ਲੋਕਾਂ ਦੇ ਗਾਉਂਦੇ ਹੋ? ਸਰ ਮੈਂ ਜ਼ਿਆਦਾ ਸ਼ਬਦ ਜਾਂ ਧਾਰਮਿਕ ਚੀਜ਼ਾਂ ਮੈਂ ਜ਼ਿਆਦਾ ਲਿਖੀਆਂ ਨੇ ਜੀ, ਤੇ ਓਦਾਂ ਮੈਂ ਗੀਤ ਨਹੀਂ ਲਿਖੇ। ਧਾਰਮਿਕ ਮੈਂ ਕਾਫੀ ਬਣਾਏ ਸੀ ਆਪਣੇ, ਸ਼ਬਦ ਬਣਾਏ ਹੋਏ ਧਾਰਮਿਕ, ਤੇ ਹੋ ਸਕਦਾ ਕਿਸੇ ਦੀ ਕੰਪੋਜੀਸ਼ਨ ਤੇ ਨਹੀਂ, ਲੇਕਿਨ ਵੀ ਮੈਂ ਇੱਧਰ ਮੈਨੂੰ ਸਰ ਟਾਈਮ ਹੀ ਨਹੀਂ ਮਿਲਿਆ ਇੱਧਰ ਦੇਖਣ ਦਾ, ਕਿਉਂਕਿ ਮੇਰੇ ਫਰੈਂਡ ਸਰ ਸੀ ਇੰਨਾ, ਆਪਣੇ ਰਾਈਟਰ ਵੀ ਰਹੇ ਨੇ, ਉਹਨਾਂ ਨੇ ਸੌਂਗ ਆਲਰੇਡੀ ਮੇਰੇ ਕੋਲ ਪੈ ਰਹੇ ਨੇ, ਤੇ ਫਿਰ ਮੈਂ ਸੋਚਦਾ ਵੀ ਚਲੋ ਜਦੋਂ ਉਹਨਾਂ ਦੇ ਲਿਖੇ ਪਏ ਆ ਉਹ ਆਪਣੀ ਸਮਝੋ ਆਪਣੀ ਹੈ, ਆਪਣੇ ਭਰਾ ਨੇ ਉਹਨਾਂ ਦੇ। ਹਾਂਜੀ, ਮੇਰੇ ਕਾਫੀ ਸੌਂਗਸ ਹੁੰਦੇ ਰਹਿੰਦੇ ਆ, ਮੇਲ ਵੀ ਹੁੰਦੀ ਹੈ, ਵਟਸਐਪ ਤੇ ਵੀ ਕਰ ਦਿੰਦੇ ਆ ਫਰੈਂਡ ਸਰਕਲ ਆਪਣਾ ਸਾਰਾ, ਹੋਰ ਜਿਵੇਂ ਫੇਸਬੁੱਕ ਤੇ ਨੇ ਫਰੈਂਡ। ਹਾਂਜੀ, ਮਤਲਬ ਉੱਧਰ ਧਿਆਨ ਨਹੀਂ ਹੋਇਆ ਸਰ। ਚਲੋ ਖੈਰ, ਕੋਈ ਗੱਲ ਨੀ ਜੀ। ਅੱਛਾ, ਜਾਂਦੇ ਜਾਂਦੇ ਕੁਛ ਸੁਣਾਓਗੇ ਆਪਣੇ ਕੋਲੋਂ ਜਿਹੜਾ ਮਤਲਬ ਰਿਕਾਰਡ ਕੀਤਾ ਤੁਹਾਡੇ ਮੇਰੇ ਕੋਲ ਹੈਗੀ ਹੈ, ਕੁਛ ਅਨਰਿਕਾਰਡ ਜਿਹੜੀ ਕੋਈ ਚੀਜ਼ ਹੈ ਤੁਸੀਂ ਸੁਣਾ ਸਕਦੇ ਹੋ? ਹਾਂਜੀ ਸਰ, ਜਿਹੜਾ ਮੈਂ ਹੁਣ ਉਹ ਸੌਂਗ ਸੁਣਾਇਆ ਸੀ ਉਹ ਜਿਹੜਾ ਛੋਟਾ ਭਾਰਾ ਹੋ ਗਿਆ, ਕਿਉਂਕਿ ਉਹ ਹੁਣ ਤੁਹਾਨੂੰ ਨੈਕਸਟ ਸੌਂਗ ਆਇਆ ਜਿਹੜਾ, ਉਹ ਕਹਿੰਦੇ ਨਹੀਂ ਏਦਾਂ ਵੀ ਨਹੀਂ ਕਰਨੇ ਚਾਹੀਦੇ, ਤੇ ਉਸੇ ਵੀਰ ਦਾ ਗਾਣਾ ਇੱਕ ਹੋਰ ਆਇਆ, ਉਹ ਬਹੁਤ ਅੱਛਾ ਪਰਿਵਾਰਿਕ ਗਾਣਾ ਹੈ, ਉਹ ਅਸੀਂ ਉਹ ਕਰ ਰਹੇ ਹਾਂ, ਬਹੁਤ ਜਲਦ ਰਿਕਾਰਡ ਕਰ ਰਹੇ ਹਾਂ, ਉਹ ਤੁਹਾਨੂੰ ਮੈਂ ਸੁਣਾ ਰਿਹਾ ਸਰ। ਜੀ ਜੀ ਜੀ। ਜਿੱਦਰ ਵਿੱਚ ਟੈਲਾਂ ਦੀ ਤੂੰ ਤੱਕ ਸੁੱਟੀਆਂ, ਪੈਰਾਂ ਦੀ ਝਾਂਜਰਾਂ ਦੀ ਧਾਈਆਂ ਦਿੱਤੀਆਂ, ਜਿੱਦਰ ਵਿੱਚ ਟੈਲਾਂ ਦੀ ਤੱਕ ਸੁੱਟੀਆਂ, ਪੈਰਾਂ ਦੀ ਝਾਂਜਰਾਂ ਦੀ ਧਾਈਆਂ ਦਿੱਤੀਆਂ, ਕਰੇ ਗੱਬਰ ਨੂੰ ਮਲੰਗ, ਤੇਰਾ ਗੋਰਾ ਚਿੱਟਾ ਰੰਗ ਕਰੇ ਗੱਬਰ ਨੂੰ ਮਲੰਗ, ਕਿਤੇ ਚਾੜ ਦੀ ਮੈਂ ਨਵਾਂ ਕੋਈ ਘਰ, ਸੋਹਣਾ ਨੱਚਣ ਵਾਲੀਏ ਮਿੱਤਰਾਂ ਨੂੰ ਆ ਗਈ ਪਸੰਦ ਨੀ, ਸੋਹਣਾ ਨੱਚਣ ਵਾਲੀਏ ਸਾਨੂੰ ਆ ਗਈ ਪਸੰਦ ਨੀ, ਸੋਹਣਾ ਨੱਚਣ ਵਾਲੀਏ। ਇਮੇਜ ਬਣਾਉਣੀ ਬਹੁਤ ਔਖੀ ਹੁੰਦੀ ਹੈ ਇਸ ਫੀਲਡ ਚ ਅੱਜ ਕੱਲ ਦੇ ਦੌਰ ਚ, ਖਾਸ ਤੌਰ ਤੇ ਤੋੜਨ ਲਈ ਤਾਂ ਇੱਕ ਮਿੰਟ ਲੱਗਦਾ, ਇੱਕ ਗਾਣਾ ਆਏਗਾ ਤੁਹਾਡਾ ਸਾਰਾ ਕੁਛ ਪਿਛਲਾ ਸਾਰਾ ਵਿਸ਼ਵਾਸ ਹੋ ਹੀ ਰਿਹਾ ਸਾਡੇ ਬਹੁਤ ਸਾਰੇ ਸਿੰਗਰਾਂ ਦੇ ਨਾਲ ਹੋ ਰਿਹਾ ਉਸ ਤਰ੍ਹਾਂ। ਤੇ ਜੱਗੀ ਖਾਨ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਉਮੀਦ ਹੈ ਤੁਹਾਨੂੰ ਵੀ ਚੰਗਾ ਲੱਗਿਆ ਹੈਗਾ। ਆਪਣੇ ਕੋਲ ਗੱਲਾਂ ਬਾਤਾਂ ਕਰਨ ਦਾ ਪਤਾ ਨੀ ਲੱਗਿਆ ਕਿ ਕਦੋਂ ਘੰਟਾ ਗੁਜ਼ਰ ਗਿਆ, ਕਦੇ ਫੇਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਔਰ ਚਾਹਾਂਗੇ ਕਿ ਉਸ ਵੇਲੇ ਤੁਸੀਂ ਬਠਿੰਡੇ ਆਓ, ਸਟੂਡੀਓ ਵਿੱਚ ਆਓ, ਤਾਂ ਕਿ ਹੋਰ ਖੁੱਲ ਕੇ ਗੱਲਾਂ ਹੋ ਜਾਂਦੀਆਂ ਨੇ। ਫੋਨ ਲਾਈਨ ਦੇ ਵਿੱਚ ਕਈ ਵਾਰ ਥੋੜੀ ਬਹੁਤੀ ਆਵਾਜ਼ ਸੁਣਨ ਚ ਪ੍ਰੋਬਲਮ ਆ ਜਾਂਦੀ ਹੈ, ਸੋ ਅਗਲੀ ਵਾਰੀ ਜਦੋਂ ਗੱਲਾਂ ਕਰਾਂਗੇ ਮੇਰੇ ਖਿਆਲ ਸਾਹਮਣੇ ਸਾਹਮਣੇ ਬੈਠ ਕੇ ਕਰਾਂਗੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮਿਹਰਬਾਨੀ ਜੀ ਇਸ ਪ੍ਰੋਗਰਾਮ ਚ ਸ਼ਾਮਲ ਹੋਣ ਦੀ। ਬਹੁਤ ਬਹੁਤ ਮਿਹਰਬਾਨੀ ਸਰ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਜਿੱਥੇ ਵੀ ਸੁਣ ਰਹੇ ਨੇ, ਔਰ ਤੁਹਾਡਾ ਵੀ ਬਹੁਤ ਥੈਂਕਸ। ਦੇ ਨਾਲ ਹੀ ਅੱਜ ਦੇ ਸੁਰਸਰਨਾਵੇ ਪ੍ਰੋਗਰਾਮ ਦਾ ਵੇਲਾ ਖਤਮ ਹੁੰਦਾ ਹੈ। ਅਗਲੇ ਮੰਗਲਵਾਰ ਨੂੰ ਮਿਲਾਂਗੇ ਜੀ, ਇਸ ਤੋਂ ਬਾਅਦ ਆਪਾਂ ਤੇ ਕਿਸੇ ਹੋਰ ਫਨਕਾਰ ਦੇ ਨਾਲ ਉਹਦੇ ਨਾਲ ਕਰਾਂਗੇ ਗੱਲਾਂ ਬਾਤਾਂ। ਸੋ ਤੁਸੀਂ ਵੀ ਅਗਰ ਕਿਸੇ ਖਾਸ ਫਨਕਾਰ ਦੇ ਨਾਲ ਗੱਲਬਾਤ ਸੁਣਨਾ ਚਾਹੁੰਦੇ ਹੋ, ਤੁਹਾਨੂੰ ਜ਼ਰੂਰ ਉਹਦਾ ਨਾਮ ਲਿਖ ਕੇ ਭੇਜ ਸਕਦੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ 'ਚ ਉਹਦੇ ਨਾਲ ਸੰਪਰਕ ਕੀਤਾ ਜਾਵੇ ਔਰ ਉਸਨੂੰ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾਵੇ। ਤੇ ਜੇ ਤੁਸੀਂ ਆਪ ਗਾ ਲੈਂਦੇ ਹੋ ਤਾਂ ਤੁਹਾਡੇ ਲਈ ਵੀ ਮੌਕਾ ਹੈ, ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸਾਨੂੰ ਜ਼ਰੂਰ ਰਾਬਤਾ ਕਾਇਮ ਕਰੋ ਸਾਡੇ ਨਾਲ, ਤੇ ਹੁਣ ਹਰਮੇਲਪ੍ਰੀਤ ਨੂੰ ਦਿਓ ਇਜਾਜ਼ਤ, ਆਪਣਾ ਖਿਆਲ ਰੱਖਿਓ। ਪ੍ਰੋਗਰਾਮ ਸੁਰ ਸਰਨਾਵੇ।